ਦੁਨੀਆ ਦਾ ਸਭ ਤੋਂ ਮਹਾਨ ਜਰਨਲ ਹਰੀ ਸਿੰਘ ਨਲਵਾ ਖਾਲਸਾ ਰਾਜ ਨੂੰ ਅਫਗਾਨਿਸਤਾਨ ਤੱਕ ਲੈ ਕੇ ਜਾਣ ਵਾਲਾ 15 ਸਾਲ ਦੀ ਉਮਰ 'ਚ ਜੀ ਨੇ ਹੱਥਾਂ ਨਾਲ ਹੀ ਸ਼ੇਰ ਦੇ ਜਵਾਂੜਿਆਂ ਨੂੰ ਫੜ ਕੇ ਪਾੜ ਦਿੱਤਾ ਸੀ ਅਫਗਾਨਿਸਤਾਨ 'ਚ ਇੱਕ ਇਲਾਕਾ ਹੈ ਦਰਾ ਖੈਬਰ ਦੁਨੀਆ ਜਿੱਤਣ ਵਾਲਾ ਸਿਕੰਦਰ ਵੀ ਜਦੋਂ ਉੱਥੇ ਆਇਆ ਸੀ ਉਹਨੂੰ ਵੀ ਗੋਡੇ ਟੇਕਨੇ ਪੈ ਗਏ ਅਮਰੀਕਾ ਨੂੰ ਪਤਾ ਹੀ ਨਹੀਂ ਕਿੰਨੇ ਸਾਲ ਹੋ ਗਏ ਉੱਥੇ ਟੱਕਰਾਂ ਮਾਰਦੇ ਨੇ ਪਰ ਉਹ ਇਲਾਕੇ ਦਾ 1 ਇੰਚ ਤੱਕ ਨਹੀਂ ਜਿੱਤ ਪਾਏ ਤਰਾ ਖੈਬਰ ਦੇ ਇਹ ਇਲਾਕੇ ਨੂੰ ਹੁਣ ਤੱਕ ਸਿਰਫ ਇੱਕੋ ਹੀ ਬੰਦੇ ਨੇ ਜਿੱਤੇ ਆਏ ਉਹ ਹੈ ਹਰੀ ਸਿੰਘ ਨਲਵਾ ਕਹਿੰਦੇ ਨੇ ਅਫਗਾਨਿਸਤਾਨ ਚ ਹੁਣ ਤੱਕ ਜੇ ਕੋਈ ਛੋਟਾ ਬੱਚਾ ਰੋਂਦਾ ਸੀ ਨਾ ਆਉਂਦੀ ਮਾਂ ਕਹਿੰਦੀ ਸੀ ਚੁੱਪ ਸਾਂ ਹਰੀਆ ਰਾਗ ਲੈ ਇਹ ਚੁੱਪ ਕਰ ਜਾ ਨਹੀਂ ਹਰੀ ਸਿੰਘ ਨਲਵਾ ਆ ਜੂਗਾ ਜਦੋਂ ਹਰੀ ਸਿੰਘ ਨਲਵਾ ਦੀ ਸ਼ਹਾਦਤ ਹੁੰਦੀ ਆ ਤਾਂ ਮਹਾਰਾਜਾ ਰਣਜੀਤ ਸਿੰਘ ਫੁੱਟ ਫੁੱਟ ਕੇ ਰੋਂ ਲੱਗ ਜਾਂਦੇ ਨੇ ਕਹਿੰਦੇ ਐਦਾਂ ਚੰਗਾ ਮੇਰਾ ਅੱਤਾ ਰਾਜ ਚਲਿਆ ਜਾਂਦਾ ਅੱਜ ਕਹਿੰਦੇ ਮੈਨੂੰ ਪਤਾ ਜੇ ਹਰੀ ਸਿੰਘ ਨਲਵਾ ਜਿਉਂਦਾ ਹੁੰਦਾ ਹੁੰਦਾ ਉਨੇ ਅੱਧਾ ਗਿਆ ਹੋਇਆ ਰਾਜ ਮੈਨੂੰ ਇੱਕ ਦਿਨ ਚ ਵਾਪਸ ਲੈ ਦੇਣਾ ਸੀ ਮਹਾਨ ਜਰਨਲ ਹੋਣ ਦੇ ਨਾਲ ਨਾਲ ਬੇਹਦ ਸੂਝਬਾਨ ਤੇ ਗੁਰੂ ਦੇ ਪੱਕੇ ਸਿੱਖ ਚਿਮਲੇ ਜਦੋਂ ਇੱਕ ਅੰਗਰੇਜ਼ ਅਫਸਰ ਵਿਲੀਅਮ ਬੈਂਟੇਕ ਨਾਲ ਮੀਟਿੰਗ ਕਰਨ ਜਾਣਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਪੂਰੇ ਦਰਬਾਰ ਤੋਂ ਹਰੀ ਸਿੰਘ ਨਲਵਾ ਨੂੰ ਭੰਦੇ ਪੁਰਾਣੇ ਅੰਗਰੇਜ਼ ਲਖਾਰੀਆਂ ਦੀ ਲਿਖਤਾਂ ਚ ਹਰੀ ਸਿੰਘ ਮਲਵੇ ਨੂੰ ਲਿਖਿਆ ਗਿਆ ਹੈ ਆਈਡੀਅਲ ਸੋਲਜਰ ਮੇ ਆਫ ਪੰਜਾਬ ਮਤਲਬ ਪੰਜਾਬ ਦੀ ਨਿਉ ਇੱਕ ਅੰਗਰੇਜ਼ ਲਖਾਰੀ ਨੇ ਲਿਖਿਆ ਸੀ ਕਿ ਜੇ ਹਰੀ ਸਿੰਘ ਨਲਵੇ ਕੋਲ ਸਾਡੇ ਜਿੰਨੀ ਫੌਜ ਹੁੰਦੀ ਤਾਂ ਇਹਨੇ ਪੂਰੀ ਦੁਨੀਆ ਜਿੱਤ ਲੈਣੀ ਸੀ ਦੋ ਗੋਲੀਆਂ ਲੱਗੀਆਂ ਨੇ ਹਰੀ ਸਿੰਘ ਨਲਵਾ ਦੇ ਪੂਰੇ ਤਰੀਕੇ ਨਾਲ ਖੂਨ ਵਗ ਰਿਹਾ ਹੈ ਊੜੇ ਤੇ ਬੰਦੇ ਨੇ ਤੇ ਸਿੱਧਾ ਜਮਰੌਦ ਦੇ ਕਿਲੇ ਵੱਲ ਨੂੰ ਜਾਂਦੇ ਨੇ ਇਸ ਮਹਾਨ ਜਰਨੈਲ ਬਾਰੇ ਤੁਹਾਨੂੰ ਇਹ ਜੀਆਂ ਗੱਲਾਂ ਦੱਸਾਂਗੇ ਜੋ ਤੁਸੀਂ ਸ਼ਾਇਦ ਅੱਜ ਤੋਂ ਪਹਿਲਾਂ ਨਹੀਂ ਸੁਣੀਆਂ ਹੋਣਗੀਆਂ ਇਹਦੀਆਂ ਚਾਲਾਂ ਕਰਕੇ ਇਹਨਾਂ ਦੀ ਸ਼ਹਾਦਤ ਹੋਈ ਕਿਹੜੀਆਂ-ਕਿਹੜੀਆਂ ਜੰਗਾਂ ਜਿੱਤੀਆਂ ਦੇਖੋ ਪੂਰੀ ਵੀਡੀਓ ਹਰੀ ਸਿੰਘ ਨਲਵਾ ਦਾ ਜਨਮ ਗੁਜਰਾਂਵਾਲੇ ਚ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਉਮਰ ਚ ਹੈ 11 ਸਾਲ ਛੋਟੇ ਸੀਗੇ ਤੇ ਬਹਾਦਰੀ ਇਹਨਾਂ ਨੂੰ ਖੂਨ ਜੀ ਮਿਲੀ ਸੀ ਇਹਨਾਂ ਦੇ ਪਰਦਾਦੇ ਨੇ ਗੁਰਗੋਵਿੰਦ ਸਿੰਘ ਜੀ ਤੋਂ ਅਮਰਸ਼ਕਿਆ ਸੀ ਤੇ ਇਹਨਾਂ ਦਾ ਦਾਦਾ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਚੜਤ ਸਿੰਘ ਨਾਲ ਸਿੱਖ ਫੌਜ ਸੀਗਾ ਤੇ ਇਹਨਾਂ ਦੇ ਪਿਤਾ ਸਰਦਾਰ ਗੁਰਦਿਆਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਨਾਲ ਫੌਜ ਸੀਗੇ ਜਦੋਂ ਹਰੀ ਸਿੰਘ ਨਲਵਾ 7 ਸਾਲ ਦੀ ਉਮਰ ਦੇ ਸੀ ਤਾਂ ਇਹਨਾਂ ਦੇ ਪਿਤਾ ਦਾ ਦੇਹਾਂਤ ਹੋ ਜਾਂਦਾ ਤੇ ਇਹਨਾਂ ਦੇ ਮਾਤਾ ਇਹਨਾਂ ਨੂੰ ਲੈ ਜਾਂਦੇ ਨੇ ਇਹਨਾਂ ਦੇ ਨਾਨਕੇ ਪਿੰਡ ਉੱਥੇ ਇਹਨਾਂ ਨੂੰ ਤਲਵਾਰਬਾਜੀ ਘੋੜਸਵਾਰੀ ਤੇ ਬਾਕੀ ਸ਼ਸਤਰਾਂ ਦੀ ਵਿੱਦਿਆ ਦਿੱਤੀ ਜਾਂਦੀ ਆ 14 ਸਾਲ ਦੀ ਇਹਨਾਂ ਦੀ ਜਦੋਂ ਉਮਰ ਹੁੰਦੀ ਆ ਤਾਂ ਇਹ ਲਾਹੌਰ ਜਾਂਦੇ ਨੇ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਬਸੰਤ ਪੰਚਮੀ ਤੇ ਇੱਕ ਮੇਲਾ ਕਰਾਉਂਦੇ ਹੁੰਦੇ ਸੀ ਜਿੱਥੇ ਦੂਰੋਂ ਦੂਰੋਂ ਆ ਕੇ ਨੌਜਵਾਨ ਕੁਸ਼ਤੀਆਂ ਕਰਦੇ ਸੀ ਆਪਦੇ ਕਲਾ ਦੇ ਜੋਹਰ ਦਿਖਾਉਂਦੇ ਸੀ ਸ਼ਸਤਰ ਵਿੱਦਿਆ ਦਿਖਾਉਂਦੇ ਸੀ ਕਹਿੰਦੇ ਹਰੀ ਸਿੰਘ ਨਲਵੇ ਨੇ ਉਸ ਮੇਲੇ 'ਚ ਐਸੀ ਤਲਵਾਰਬਾਜ਼ੀ ਕੀਤੀ ਐਸੀ ਸ਼ਸਤਰ ਵਿਦਿਆ ਦਿਖਾਈ ਕਿ ਮਹਾਰਾਜਾ ਰਣਜੀਤ ਸਿੰਘ ਵੀ ਹੈਰਾਨ ਹੋ ਗਏ ਆਪਦੇ ਨਾਲਦਿਆਂ ਨੂੰ ਫਿਰ ਉਹ ਪੁੱਛਦੇ ਨੇ ਕਿ ਇਹ ਕੌਣ ਆ ਨੌਜਵਾਨ ਫਿਰ ਉਹ ਦੱਸਦੇ ਨੇ ਕਿ ਇਹ ਸਰਦਾਰ ਗੁਰਦਿਆਲ ਸਿੰਘ ਦਾ ਮੁੰਡਾ ਏ ਤੇ ਇਹਨਾਂ ਦੇ ਦਾਦਾ ਜੀ ਵੀ ਸਿੱਖ ਫੌਜ ਚ ਸ਼ਾਮਲ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਉੱਠ ਕੇ ਜਾਂਦੇ ਨੇ ਆਪਦੇ ਗਲ ਚੋਂ ਕੈਂਠਾ ਲਾਉਂਦੇ ਨੇ ਤੇ ਹਰੀ ਸਿੰਘ ਦੇ ਗਲ ਚ ਪਾ ਦਿੰਦੇ ਨੇ ਤੇ ਉਹਨਾਂ ਨੂੰ ਕਹਿ ਦਿੰਦੇ ਨੇ ਕਿ ਮੇਰੀ ਫੌਜ ਚ ਸ਼ਾਮਲ ਹੋਣਾ ਤੂੰ ਉਹ ਕਹਿੰਦਾ ਹਾਂਜੀ ਬਿਲਕੁਲ ਫਿਰ ਮਹਾਰਾਜਾ ਰਣਜੀਤ ਸਿੰਘ ਇਹਨੂੰ ਆਪਦਾ ਅੰਗ ਰਖਿਅਕ ਬਣਾ ਦਿੰਦੇ ਨੇ ਬੋਡੀਗਾਰਡ ਬਣਾ ਲੈਂਦੇ ਨੇ ਇੱਕ ਦਿਨ ਫਿਰ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਕਰਨ ਗਏ ਹੁੰਦੇ ਨੇ ਨਾਲ ਨੇ ਹਰੀ ਸਿੰਘ ਨਲਵਾ ਜੰਗਲ ਚ ਇੱਕ ਆਦਮ ਖੋਰ ਸ਼ੇਰ ਨਾਲ ਟੱਕਰਾ ਹੋ ਜਾਂਦਾ ਸ਼ੇਰ ਹਮਲਾ ਕਰਨ ਨਹੀਂ ਲੱਗਦਾ ਮਹਾਰਾਜਾ ਰਣਜੀਤ ਸਿੰਘ ਤੇ ਤੇ ਹਰੀ ਸਿੰਘ ਨਲਵਾ ਛਾਲ ਮਾਰ ਦਿੰਦੇ ਨੇ ਆਪਣੇ ਘੋੜੇ ਤੋਂ ਨਾਲ ਦੀ ਨਾਲ ਤੇ ਸ਼ੇਰ ਦੇ ਜਵਾੜਿਆਂ ਨੂੰ ਹੱਥਾਂ ਨਾਲ ਫੜ ਲੈਂਦੇ ਨੇ ਹੁਣ ਸ਼ੇਰ ਦੇ ਜਵਾੜਿਆਂ ਚ ਇੰਨੀ ਤਾਕਤ ਹੁੰਦੀ ਆ ਤੁਸੀਂ ਅੰਦਾਜ਼ਾ ਲਾ ਲਓ ਵੀ ਸ਼ੇਰ ਦੇ ਜਵਾੜਿਆਂ ਥੱਲੇ ਜੇ ਪੱਥਰ ਵੀ ਆ ਜੇ ਨਾ ਉਹ ਵੀ ਟੁਕੜੇ ਟੁਕੜੇ ਹੋ ਜੇ ਕਹਿੰਦੇ ਹਰੀ ਸਿੰਘ ਨਲਵਾ ਨੇ ਸ਼ੇਰ ਦੇ ਜਵਾੜਿਆਂ ਨੂੰ ਮਿੰਟਾਂ 'ਚ ਹੀ ਫੜ ਕੇ ਪਾਰ ਦਿੱਤਾ। ਅੱਧ ਮਰਿਆ ਜਿਆ ਸ਼ੇਰ ਜਦੋਂ ਦੁਬਾਰਾ ਹਮਲਾ ਕਰਨ ਲੱਗਿਆ ਤਾਂ ਇਹਨਾਂ ਨੇ ਆਪਦੇ ਗਾਤਰੇ ਵਾਲੀ ਸ਼ੇਰੀ ਸਾਹਿਬ ਗੱਡੀ ਤੇ ਸ਼ੇਰ ਨੂੰ ਉਹਦੇ ਨਾਲ ਹੀ ਮਾਰ ਦਿੱਤਾ। ਉਦੋਂ ਤੱਕ ਇਹਨਾਂ ਦਾ ਨਾਮ ਸਿਰਫ ਹਰੀ ਸਿੰਘ ਹੀ ਸੀਗਾ। ਪੁਰਾਣੇ ਟਾਈਮਾਂ 'ਚ ਇੱਕ ਰਾਜਾ ਹੁੰਦਾ ਸੀ ਰਾਜਾ ਨਲ। ਕਹਿੰਦੇ ਉਹਦੇ ਸਾਹਮਣੇ ਜੇ ਸ਼ੇਰ ਆ ਜਾਂਦਾ ਸੀ ਨਾ ਤਾਂ ਉਹ ਬੇਖੌਫ ਹੋ ਕੇ ਇਦਾਂ ਖੜ ਜਾਂਦਾ ਸੀ ਸ਼ੇਰ ਅੱਗੇ ਤੇ ਸ਼ੇਰ ਦਾ ਸ਼ਿਕਾਰ ਕਰ ਦਿੰਦਾ ਸੀ। ਮਹਾਰਾਜ ਰਣਜੀਤ ਸਿੰਘ ਆਪਦੇ ਘੋੜੇ ਤੋਂ ਉਤਰਦੇ ਨੇ ਹਰੀ ਸਿੰਘ ਨਲਵੇ ਨੂੰ ਜਾ ਕੇ ਜੱਫੀ ਪਾ ਲੈਂਦੇ ਨੇ ਕਹਿੰਦੇ ਨੇ ਅਸੀਂ ਨਹੀਂ ਦੇਖਿਆ ਰਾਜਾ ਨਾਲ ਸਾਡਾ ਤਾਂ ਤੂੰ ਹੀ ਰਾਜਾ ਨਾਲ ਆ ਅੱਜ ਤੋਂ ਉੱਥੋਂ ਫਿਰ ਇਹਨਾਂ ਦਾ ਨਾਮ ਪੈ ਜਾਂਦਾ ਹੈ ਹਰੀ ਸਿੰਘ ਨਲਵਾ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਫਿਰ ਇਹਨਾਂ ਨੂੰ ਸ਼ੇਰਦਿਲ ਰੈਜiment ਦਾ ਕਮਾਂਡਰ ਬਣਾ ਦਿੰਦੇ ਨੇ 700 ਦੇ ਦਿੰਦੇ ਇਹਨਾਂ ਨੂੰ ਫੌਜ ਉੱਥੋਂ ਫਿਰ ਇਹਨਾਂ ਦਾ ਜੰਗਾਂ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ 16 ਸਾਲ ਦੀ ਉਮਰ 'ਚ ਇੱਕ ਕਸੂਰ ਨੂੰ ਫਤਿਹ ਕਰ ਲੈਂਦੇ ਨੇ ਕਸੂਰ ਨੂੰ ਖਾਲਸਾ ਰਾਜ ਚ ਮਿਲਾ ਆਂਦੇ ਨੇ ਉਦੋਂ ਬਾਅਦ ਫਿਰ ਕਸੂਰ, ਕਸ਼ਮੀਰ, ਪਸ਼ਾਬਰ, ਅਟਕ, ਜਮਰਾਦ ਕਿੰਨੇ ਹੀ ਇਲਾਕੇ ਇਹਨਾਂ ਨੇ ਜਿੱਤੇ 20 ਜੰਗਾਂ ਇਹਨਾਂ ਨੇ ਲੜੀਆਂ ਅਫਗਾਨੀਆਂ ਦੇ ਖਿਲਾਫ ਤੇ 20 ਜੰਗਾਂ 'ਚ ਬੁਰੇ ਤਰੀਕੇ ਨਾਲ ਅਫਗਾਨੀਆਂ ਨੂੰ ਹਰਾਇਆ ਕਸ਼ਮੀਰ ਦੀ ਹੁਣ ਜੇ ਆਪਾਂ ਗੱਲ ਕਰੀਏ ਕਸ਼ਮੀਰ ਦੇ ਫਿਰ ਇਹ 2 ਸਾਲ ਗਵਰਨਰ ਰਹੇ ਕਸ਼ਮੀਰ ਦੇ ਜਦੋਂ ਇਹ ਗਵਰਨਰ ਰਹੇ ਇਹਨਾਂ ਦੇ ਅੰਡਰ ਕਸ਼ਮੀਰ ਨੇ ਬਹੁਤ ਤਰੱਕੀ ਕੀਤੀ ਉਦੋਂ ਕੀ ਦੌਰ ਚੱਲਦਾ ਹੁੰਦਾ ਸੀ ਕਿ ਜਿਹੜੇ ਮੁਗਲ ਹੁੰਦੇ ਸੀ ਨਾ ਉਹ ਧਰਮ ਪਰਿਵਰਤਨ ਕਰਵਾਉਂਦੇ ਸੀ ਹਿੰਦੂਆਂ ਦਾ ਜ਼ਬਰਦਸਤੀ ਕਾਫੀ ਜਗਾਵਾਂ ਤੇ ਕਸ਼ਮੀਰ ਜਦੋਂ ਇਹ ਗਵਰਨਰ ਬਣੇ ਤਾਂ ਇਹਨਾਂ ਨੇ ਕਹਿਤਾ ਵੀ ਜੋ ਜੋ ਵੀ ਆਪਦੇ ਧਰਮ ਚ ਵਾਪਸ ਆਉਣਾ ਚਾਹੁੰਦਾ ਏ ਉਹ ਆ ਸਕਦਾ ਏ ਮੈਂ ਕਿਸੇ ਨੂੰ ਨਹੀਂ ਕਹੂੰਗਾ ਵੀ ਤੁਸੀਂ ਸਿੱਖ ਬਣੋ ਆਪਦੇ ਆਪ ਦੇ ਧਰਮਾਂ ਚ ਰਹੋ ਕਹਿੰਦੇ 1 ਮਹੀਨੇ ਦੇ ਅੰਦਰ ਅੰਦਰ 40000 ਮੁਸਲਮਾਨ ਜਿਹੜੇ ਹਿੰਦੂ ਹੁੰਦੇ ਸੀ ਉਹ ਦੁਬਾਰਾ ਹਿੰਦੂ ਧਰਮ ਚ ਆ ਗਏ ਤੇ ਕਸ਼ਮੀਰੀ ਲੋਕ ਇੰਨੀ ਇੱਜ਼ਤ ਕਰਦੇ ਸੀ ਇਹਨਾਂ ਦੀ ਮਤਲਬ ਐ ਨਹੀਂ ਹੈਗਾ ਇਹਨਾਂ ਨੇ ਜਿੱਥੇ ਜਿੱਥੇ ਵੀ ਰਾਜ ਕੀਤਾ ਏ ਕਿਸੇ ਨਾਲ ਧੱਕੇਸ਼ਾਹੀ ਨਹੀਂ ਕੀਤੀ ਵੀ ਤੁਸੀਂ ਸਿੱਖ ਬਣੋ 2 ਸਾਲ ਫਿਰ ਇਹ ਗਵਰਨਰ ਰਹਿੰਦੇ ਨੇ ਕਸ਼ਮੀਰ ਦੇ ਕਿਉਂਕਿ ਹੋਰ ਜੰਗਾਂ ਜਿੱਤਣੀਆਂ ਸੀ ਇਹਨਾਂ ਨੇ ਹੋਰ ਇਲਾਕਿਆਂ 'ਚ ਜਾਣਾ ਸੀ ਫਿਰ ਇਹ ਆਪਦਾ ਸਫ਼ਰ ਸ਼ੁਰੂ ਕਰ ਦਿੰਦੇ ਨੇ ਫਿਰ ਅਗਲਾ ਇਹਨਾਂ ਦਾ ਨਿਸ਼ਾਨਾ ਹੁੰਦਾ ਹੈ ਜਮਰੌਤ ਜਮਰੌਤ ਦਾ ਜਿਹੜਾ ਇਲਾਕਾ ਹੈ ਉਹ ਬਹੁਤ ਅਹਿਮ ਇਲਾਕਾ ਹੈ ਜਮਰੌਤ ਦੇ ਕੋਲ ਇੱਕ ਇਲਾਕਾ ਸੀਗਾ ਦਰਾ ਖੈਬਰ ਜਿਹਨੂੰ ਅੰਗਰੇਜ਼ ਗੇਟਵੇ ਆਫ ਇੰਡੀਆ ਕਹਿੰਦੇ ਨੇ ਜਿੰਨੇ ਵੀ ਹਮਲਾਵਾਰਾਂ ਨੇ ਭਾਰਤ ਤੇ ਹਮਲਾ ਕੀਤਾ ਹੈ ਉਹ ਦਰਾ ਖੈਬਰ ਵਿੱਚ ਦੀ ਹੋ ਕੇ ਆਉਂਦੇ ਸੀਗੇ ਜਿੰਨੇ ਵੀ ਲਗਾ ਲੋ ਲੋਧੀ ਲਗਾ ਲੋ ਅਬਦਾਲੀ ਲਗਾ ਲੋ ਨਾਦਰ ਸ਼ਾਹ ਲਗਾ ਲੋ ਸਾਰਿਆਂ ਨੇ ਦਰਾ ਖੈਬਰ ਵਿੱਚ ਦੀ ਆਏ ਤੇ ਭਾਰਤ ਨੂੰ ਲੁੱਟ ਕੇ ਵਾਪਸ ਚਲੇ ਜਾਂਦੇ ਸੀ ਫਿਰ ਜਮਰੌਦ ਤੇ ਇਹ ਹੱਲਾ ਬੋਲਦੇ ਨੇ ਤੇ ਜਮਰੌਦ ਜਿੱਤਦੇ ਨੇ ਕਹਿੰਦੇ ਉਦੋਂ ਬਾਅਦ ਭਾਰਤ ਤੇ ਇੱਕ ਵੀ ਹਮਲਾ ਨਹੀਂ ਹੋਇਆ ਅਫਗਾਨ ذریعے ਜਮਰੌਦ ਨੂੰ ਫਤਿਹ ਕਰਕੇ ਉੱਥੇ ਫਿਰ ਇੱਕ ਕਿਲਾ ਬਣਾਉਂਦੇ ਨੇ ਜਿਹੜਾ ਅੱਜ ਵੀ ਮੌਜੂਦ ਹੈ ਜਮਰੌਦ ਦੇ ਅਫਗਾਨੀ ਪਠਾਨ ਜਿਹੜੇ ਕਦੇ ਕਿਸੇ ਤੋਂ ਜਿੱਤੇ ਹੀ ਨਹੀਂ ਸੀ ਜਾਂਦੇ ਦਰਾ ਖੈਬਰ ਦਾ ਇਲਾਕਾ ਜਿਹਦੀ ਆਪਾਂ ਗੱਲ ਕਰ ਰਹੇ ਸੀ ਉਹ ਕਿਸੇ ਨੇ ਜਿੱਤਿਆ ਹੀ ਨਹੀਂ ਅਜੇ ਤੱਕ ਉਹ ਅਫਗਾਨੀ ਪਠਾਨ ਹਰੀ ਸਿੰਘ ਨਲਵੇ ਦੇ ਨਾਮ ਤੋਂ ਫਰ-ਫਰ ਕੰਬਣ ਲੱਗ ਗਏ ਸੀ ਉਹਨਾਂ ਨੂੰ ਕਿਸੇ ਨੇ ਰਾਏ ਦਿੱਤੀ ਵੀ ਤੁਸੀਂ ਇੱਕ ਕੰਮ ਕਰੋ ਵੀ ਜੇ ਤੁਸੀਂ ਜਿਉਂਦੇ ਰਹਿਣਾ ਹੈ ਵੀ ਇਹ ਜਿਹੜੇ ਸਿੱਖ ਨੇ ਇਹ ਨਾ ਤਾਂ ਬੁੜੀਆਂ ਕੁੜੀਆਂ ਨੂੰ ਮਾਰਦੇ ਨੇ ਨਾ ਇਹ ਬੱਚਿਆਂ ਨੂੰ ਮਾਰਦੇ ਨੇ ਨਾ ਇਹ ਬਿਮਾਰਾਂ ਨੂੰ ਮਾਰਦੇ ਨੇ ਨਾ ਇਹ ਬਜ਼ੁਰਗਾਂ ਨੂੰ ਮਾਰਦੇ ਨੇ ਵੀ ਜੇ ਜਿਉਂਦੇ ਰਹਿਣਾ ਹੈ ਤਾਂ ਸਲਵਾਰਾਂ ਪਾ ਲਓ ਫਿਰ ਉੱਥੋਂ ਦੇ ਜਿਹੜੇ ਪਠਾਨ ਨੌਜਵਾਨ ਆ ਬੰਦੇ ਸੀਗੇ ਉਹ ਆਪਣੀਆਂ ਜਾਨਾਂ ਬਚਾਉਣ ਲਈ ਸਲਵਾਰਾਂ ਪਾਉਣ ਲੱਗੇ ਉਤੋਂ ਲੈ ਲੈਂਦੇ ਸੀ ਬੁਰਕਾ ਵੀ ਸਾਨੂੰ ਛੱਡ ਦੇਣਗੇ ਸਿੱਖ ਉਤੋਂ ਫਿਰ ਇਹ ਫੈਸ਼ਨ ਬਣ ਗਿਆ ਹੁਣ ਵੀ ਜਿਹੜੇ ਬਹੁਤ ਲੋਕ ਪਾਉਂਦੇ ਨੇ ਨਾ ਅਫਗਾਨੀ ਸਲਵਾਰਾਂ ਟਾਈਪ ਕੁਰਤੇ ਪਜਾਮੇ ਉਹ ਹਰੀ ਸਿੰਘ ਦੇ ਡਰ ਤੋਂ ਪਾਉਣ ਲੱਗੇ ਸੀਗੇ ਉਹ ਜਮਰੌਦ ਦਾ ਇੱਕ ਬਹੁਤ ਬਹਾਦਰ ਪਠਾਨ ਸੀਗਾ ਗੁਲਫਾਮ ਉਹ ਆਪਦੀ ਘਰ ਵਾਲੀ ਕੋਲ ਆਉਂਦਾ ਏ ਕਹਿੰਦਾ ਏ ਕਿ ਆਪਾਂ ਘਰ ਛੱਡ ਕੇ ਜਾਣਾ ਉਹ ਕਹਿੰਦੀ ਕੀ ਹੋ ਗਿਆ ਕਹਿੰਦਾ ਵਸ ਤੂੰ ਗੱਲਾਂ ਨਾ ਪੁੱਛ ਜ਼ਿਆਦਾ ਆਪਾਂ ਘਰ ਛੱਡ ਕੇ ਜਾਣਾ ਹੈ ਜਦੋਂ ਪੁੱਛਦੀ ਆ ਵੀ ਹੋ ਕੀ ਗਿਆ ਕਹਿੰਦਾ ਹਰੀ ਸਿੰਘ ਨਾਲ ਵਾ ਆ ਰਿਹਾ ਏ ਆਪਾਂ ਇੱਥੇ ਜਿਹਾ ਜਿਉਂਦੇ ਨਹੀਂ ਰਹਿ ਸਕਦੇ ਆਪਾਂ ਘਰ ਛੱਡ ਕੇ ਜਾਣਾ ਹੈ ਉਹ ਕਹਿੰਦੀ ਮੈਂ ਤਾਂ ਤੇਰੇ ਨਾਲ ਵਿਆਹ ਹੀ ਤਾਂ ਕਰਾਇਆ ਵੀ ਤੂੰ ਬਹੁਤ ਵੱਡਾ ਬਹਾਦਰ ਹੈ ਤੂੰ ਬਹੁਤ ਵੱਡਾ ਸੂਰਮਾ ਹੈ ਲੋਕ ਮੈਨੂੰ ਕਹਿੰਦੇ ਸੀ ਵੀ ਜਿਹਦਾ ਤੇਰੇ ਨਾਲ ਵਿਆਹ ਹੋਣ ਜਾ ਰਿਹਾ ਜਦੋਂ ਉਹ ਤਲਵਾਰ ਆਪਣੇ ਮਿਆਨ ਚੋਂ ਕੱਢਦਾ ਹੈ ਤਾਂ ਵੱਡੇ ਵੱਡੇ ਪਹਾੜ ਡਿੱਗ ਪੈਂਦੇ ਨੇ ਵੀ ਤੂੰ ਕਿਉਂ ਡਰੀ ਜਾਨਾ ਉਹ ਕਹਿੰਦਾ ਯਾਰ ਪਹਾੜਾ ਪਹੂੜਾ ਨਾ ਮੈਂ ਲੜ ਲੂੰਗਾ ਸਾਰਾ ਕੁਝ ਕਰ ਲੂੰਗਾ ਪਰ ਜਿਹੜਾ ਇਹ ਬੰਦਾ ਆ ਰਿਹਾ ਨਾ ਇਹਦੇ ਨਾਲ ਨਹੀਂ ਮੈਂ ਲੜ ਸਕਦਾ ਕਹਿੰਦੇ ਉਥੋਂ ਨਿਕਲਦੇ ਨੇ ਉਹ ਗੁਲਫਾਮ ਦੀ ਜਿਹੜੀ ਘਰ ਵਾਲੀ ਸੀ ਉਹਦਾ ਨਾਮ ਸੀਗਾ ਬਾਨੋ 20 ਸਾਲ ਉਹਦੀ ਉਮਰ ਸੀ ਉਹਦੇ ਦਿਮਾਗ 'ਚ ਫਿਰ ਇੱਕ ਗੱਲ ਆਉਂਦੀ ਆ ਵੀ ਇਹ ਜਿਹੜਾ ਸਿੱਖ ਐਡਾ ਵੱਡਾ ਜਰਨੈਲ ਆ ਜਿਨੇ ਮੇਰੇ ਐਨੇ ਪਹਾਦਰ ਘਰ ਵਾਲੇ ਨੂੰ ਵੀ ਟਰਾਤਾ ਵੀ ਮੈਂ ਕੁਝ ਕਰਾਂ ਉਹਦਾ ਉਹ ਕਹਿੰਦੀ ਵੀ ਇਹਨੂੰ ਮੈਂ ਬਦਨਾਮ ਕਰਦੀ ਆ ਕਿਸੇ ਤਰੀਕੇ ਨਾਲ ਫਿਰ ਕਹਿੰਦੇ ਉੱਥੇ ਤੰਬੂ ਲੱਗਿਆ ਹੋਇਆ ਸੀਗਾ ਇੱਕ ਜਗ੍ਹਾ ਜਿੱਥੇ ਸਿੱਖ ਫੌਜ ਰੁਕੀ ਹੋਈ ਸੀ ਸਿੱਖ ਫੌਜੀ ਕਹਿੰਦੇ ਨੇ ਹਰੀ ਸਿੰਘ ਨਲਵਾ ਨੂੰ ਕਿ ਤੁਹਾਨੂੰ ਇੱਕ ਪਠਾਨ ਔਰਤ ਮਿਲਣਾ ਚਾਹੁੰਦੀ ਆ ਉਹ ਕਹਿੰਦੇ ਠੀਕ ਆ ਭੇਜ ਦਿਓ ਜਦੋਂ ਇਹ ਅੰਦਰ ਜਾਂਦੀ ਆ ਹਰੀ ਸਿੰਘ ਨਲਵੇ ਦੀ ਉਮਰ ਉਸ ਟਾਈਮ ਤੇ 42 ਸਾਲ ਦੀ ਉਮਰ ਸੀ ਹਰੀ ਸਿੰਘ ਨਲਵੇ ਦੀ ਇਹਦੀ ਉਮਰ ਸੀ 20 ਸਾਲ ਇਹ ਜਾ ਕੇ ਕਹਿੰਦੀ ਆ ਕਿ ਮੈਨੂੰ ਤੁਹਾਡੇ ਵਰਗਾ ਪੁੱਤ ਚਾਹੀਦਾ ਹੈ ਕਹਿੰਦੀ ਮੇਰੇ ਨਾਲ ਨਿਕਾਹ ਕਰ ਲੋ ਉਹ ਹੱਥ ਜੋੜ ਕੇ ਖੜ ਜਾਂਦੇ ਨੇ ਕਹਿੰਦੇ ਬੀਬਾ ਮੇਰਾ ਵਿਆਹ ਹੋਇਆ ਹੋਇਆ ਆਲਰੇਡੀ ਮੈਨੂੰ ਬਖਸ਼ੋ ਇਹ ਸਾਡੇ ਗੁਰੂਆਂ ਨੇ ਕਿਹਾ ਏ ਕਿ ਪਰਾਈ ਇਸਤਰੀ ਵੱਲ ਦੇਖਣਾ ਤੱਕ ਨਹੀਂ ਫਿਰ ਇਹ ਕਹਿੰਦੀ ਆ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਤੁਹਾਡੇ ਵਿਆਹ ਤੋਂ ਮੇਰੇ ਨਾਲ ਨਿਕਾਹ ਕਰ ਲਓ ਮੈਨੂੰ ਤੁਹਾਡੇ ਤੋਂ ਪੁੱਤ ਚਾਹੀਦਾ ਹੈ ਉੱਥੇ ਹਰੀ ਸਿੰਘ ਨਾਲਵਾ ਥੋੜਾ ਗੁੱਸੇ ਹੋ ਜਾਂਦੇ ਨੇ ਤੇ ਉਹ ਪਠਾਨ ਔਰਤ ਨੂੰ ਉੱਥੋਂ ਜਾਣ ਲਈ ਕਹਿੰਦੇ ਨੇ ਫਿਰ ਉਹ ਉੱਥੇ ਜਾਂਦੀ ਜਾਂਦੀ ਬੁੜਬੁੜ ਕਰਦੀ ਆ ਕਹਿੰਦੀ ਲੈ ਵੱਡੇ ਆਏ ਸਿੱਖ ਕਹਿੰਦੀ ਮੈਂ ਤਾਂ ਸੁਣਿਆ ਸੀ ਕਿ ਗੁਰੂ ਨਾਨਕ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਇਨੂੰ ਤੁਹਾਡੀ ਚੁਪਦੀ ਆਏ ਗੱਲ। ਫਿਰ ਇਹ ਆਪਦੇ ਸਪਾਈਆਂ ਨੂੰ ਫੌਜ ਨੂੰ ਫਿਰ ਇਹ ਆਪਦੇ ਸਪਾਈਆਂ ਨੂੰ ਭੇਜਦੇ ਨੇ ਕਹਿੰਦੇ ਇਹਨੂੰ ਵਾਪਸ ਬੁਲਾ ਕੇ ਲਿਆਓ। ਜਦੋਂ ਤੰਬੂ ਚ ਵਾਪਸ ਬੁਲਾਇਆ ਜਾਂਦਾ ਬਾਨੋ ਨੂੰ। ਇੱਥੇ ਥੋੜਾ ਸੋਚ ਕੇ ਦੇਖੋ ਹੁਣ 20 ਸਾਲ ਦੀ ਇੱਕ ਬਹੁਤ ਜ਼ਿਆਦਾ ਸੋਹਣੀ ਕੁੜੀ। ਇਹਨਾਂ ਦੀ ਉਮਰ ਸੀ 42 ਸਾਲ। ਕਹਿੰਦੇ ਬਾਨੋ ਦੇ ਸਾਹਮਣੇ ਹਰੀ ਸਿੰਘ ਨਲਵਾ ਗੋਡਿਆਂ ਦੇ ਭਾਰ ਬਹਿ ਜਾਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਤੈਨੂੰ ਮੇਰੇ ਵਰਗਾ ਪੁੱਤ ਚਾਹੀਦਾ ਸੀ ਨਾ ਕਿ ਅੱਜ ਤੋਂ ਮੈਂ ਹੀ ਤੇਰਾ ਪੁੱਤਾਂ ਤੂੰ ਮੇਰੀ ਮਾਂ ਐ। ਐਡਾ ਵੱਡਾ ਕਿਰਦਾਰ ਸੀ ਇਹਨਾਂ ਦਾ। ਕੱਢੇ ਨਹੀਂ ਤਾਂ ਜੇ ਬੰਦੇ 'ਚ ਇੱਕ ਗੁਣ ਆ ਜੇ ਨਾ 100 ਦੇ 'ਚ ਔਗਣ ਆ ਜਾਂਦੇ ਨੇ ਗੁਰੂ ਦੇ ਇਹਨੇ ਪੱਕੇ ਸਿੱਖ ਸੀ ਕਰਤਾਰ ਦੇ ਇਹਨੇ ਪੱਕੇ ਸਿੱਖ ਸੀਗੇ ਬਾਨੋ ਜਿਹੜੀ ਇੱਕ ਪਠਾਨ ਔਰਤ ਸੀ ਉਹ ਇੰਨੀ ਪ੍ਰਭਾਵਿਤ ਹੋਈ ਕਹਿੰਦੇ ਇਸ ਗੱਲ ਤੋਂ ਕਿ ਉਸ ਤੋਂ ਬਾਅਦ ਉਹ ਸਿੱਖ ਧਰਮ 'ਚ ਆ ਗਈ ਫਿਰ ਉਹਦਾ ਨਾਮ ਬੀਬੀ ਬਾਨੋ ਲਿਆ ਜਾਂਦਾ ਹੈ ਕਹਿੰਦੇ ساری ਉਮਰ ਹਰੀ ਸਿੰਘ ਨਲਵੇ ਨੇ ਬਾਨੋ ਨੂੰ ਆਪਣੀ ਮਾਂ ਕਿਹਾ ਤੇ ਬਾਨੋ ਨੇ ਹਰੀ ਸਿੰਘ ਨਲਵੇ ਨੂੰ ਆਪਣਾ ਪੁੱਤ ਬਣਾਇਆ ਜਦੋਂ ਹਰੀ ਸਿੰਘ ਨਲਵਾ ਜੰਗਾਂ ਜਿੱਤਦੇ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਖੁਸ਼ ਹੋ ਕੇ ਉਹਨਾਂ ਨੂੰ ਜਾਗੀਰਾਂ ਪੇਂਟ ਕਰਦੇ ਸੀ ਉਹਨਾਂ ਨੂੰ ਬਹੁਤ ਮਾਇਆ ਦਿੱਤੀ ਜਾਂਦੀ ਸੀ ਔਰ ਸੋਚੋ ਦਿਲ ਦੇ ਇੰਨੇ ਕ ਜ਼ਿਆਦਾ ਰੱਜੇ ਹੋਏ ਸੀਗੇ ਹਰੀ ਸਿੰਘ ਨਲਵਾ ਮਾੜੇ ਮੋਟੇ ਪੈਸੇ ਆਪਦੇ ਕੋਲ ਰੱਖਦੇ ਸੀ ਉਹਦੇ ਚੋਂ ਸਾਰਾ ਗੁਰੂ ਧਾਮਾਂ ਤੇ ਲਾ ਆਂਦੇ ਸੀ ਪੈਸਾ ਕਹਿੰਦੇ ਸੀ ਸੇਵਾ ਕਰਨੀ ਆ ਅਕਾਲ ਤਖਤ ਸਾਹਿਬ ਜਿਹੜਾ ਆਪਾਂ ਸੋਨੇ ਦਾ ਗੁੰਬਦ ਦੇਖਦੇ ਆ ਨਾ ਉਹ ਹਰੀ ਸਿੰਘ ਨਲਵਾ ਨੇ ਸੇਵਾ ਕਰਵਾਈ ਹੋਈ ਆ ਪੰਜਾ ਸਾਹਿਬ ਦੀ ਸੇਵਾ ਕਰਵਾਈ ਇਹਨਾਂ ਨੇ ਤਰਨ ਤਾਰਨ ਸਾਹਿਬ ਦੀ ਸੇਵਾ ਕਰਵਾਈ ਪਤਾ ਹੀ ਨਹੀਂ ਕਿੰਨੇ ਗੁਰੂ ਧਾਮਾਂ ਦੀ ਸੇਵਾ ਕਰਵਾਈ ਇਹਨਾਂ ਨੇ ਜਿਹੜੇ ਪੈਸੇ ਉਹਨਾਂ ਜੋ ਬਚ ਜਾਂਦੇ ਸੀ ਉਹ ਆਪਦੀ ਫੌਜ ਤੇ ਲਾ ਆਂਦੇ ਸੀ ਆਪਦੀ ਫੌਜ ਨੂੰ ਪੂਰਾ ਖਵਾਉਂਦੇ ਪਿਆਉਂ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਅੰਦਰ ਜਿਹੜੀ ਫੌਜ ਹਰੀ ਸਿੰਘ ਨਲਵਾ ਦੇ ਅੰਡਰ ਆਉਂਦੀ ਸੀ ਨਾ ਜਿਹੜੀ ਉਹਦੀ ਰੈਜਿਮੈਂਟ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਤਕੜੀ ਫੌਜ ਸੀ ਇਹ ਕਹਿੰਦੇ ਸੀ ਕਿ ਜਿਹੜਾ ਮੈਨੂੰ ਜਿਹੜਾ ਇਹਨਾਂ ਨੂੰ ਪੈਸਾ ਮਿਲਦਾ ਸੀ ਇਹ ਪਤਾ ਕੀ ਕਹਿੰਦੇ ਸੀ ਉਹਨੂੰ ਕਹਿੰਦੇ ਸੀ ਗੁਰੂ ਨਾਨਕ ਦਾ ਖਜ਼ਾਨਾ ਕਹਿੰਦੇ ਇਹ ਤਾਂ ਗੁਰੂ ਨਾਨਕ ਦਾ ਖਜ਼ਾਨਾ ਹੈ ਬਸ ਮੇਰੇ ਕੋਲ ਚਾਬੀ ਆ ਕਹਿੰਦੇ ਮੇਰਾ ਤਾਂ ਕੁਝ ਹੈ ਹੀ ਨਹੀਂ ਇਹਦੇ ਸੋਚੋ ਕਿੰਡੀ ਮਹਾਨ ਸੋਚ ਸੀ ਨਹੀਂ ਤਾਂ ਇੱਥੇ 5 ਰੁਪਏ ਕਿਸੇ ਨੂੰ ਦਿੱਤੇ ਹਣੋਂ 5 ਰੁਪਏ ਨਹੀਂ ਛੱਡਦਾ ਔਰ ਜਗੀਰਾਂ ਪਤਾ ਕਿੱਡੀਆਂ ਵੱਡੀਆਂ-ਵੱਡੀਆਂ ਜਗੀਰਾਂ ਮਿਲਦੀਆਂ ਸੀ ਔਰ ਕਿੰਨੇ ਜ਼ਿਆਦਾ ਪੈਸੇ ਮਿਲਦੇ ਸੀ ਹੀਰੇ-ਜਵਾਹਰ ਆ ਤੇ ਪੈਸੇ ਆਪਦੇ ਕੋਲ ਨਹੀਂ ਸੀ ਰੱਖਦੇ ਕੁਝ ਵੀ ਜਦੋਂ ਹਰੀ ਸਿੰਘ ਨਲਵਾ ਕਸ਼ਮੀਰ ਦੇ ਗਵਰਨਰ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਆਪਦੇ ਨਾਮ ਤੇ ਸਿੱਕਾ ਚਲਾਉਣ ਲਈ ਕਿਹਾ ਮਹਾਰਾਜਾ ਰਣਜੀਤ ਸਿੰਘ ਨੇ ਆਪਦੇ ਪੁੱਤੇ ਨਾਨਿਹਾਲ ਤੋਂ ਬਿਨਾ ਸਿਰਫ ਹਰੀ ਸਿੰਘ ਨਲਵਾ ਨੂੰ ਇਹ ਹੱਕ ਦਿੱਤਾ ਸੀ ਕਿ ਉਹ ਸਿੱਕਾ ਚਲਾ ਸਕਦੇ ਨੇ ਹੋਰ ਕਿਸੇ ਦੇ ਨਾਮ ਦਾ ਸਿੱਕਾ ਨਹੀਂ ਚਲਾਇਆ ਗਿਆ ਇਹਨਾਂ ਨੇ ਫਿਰ ਆਪਦੇ ਨਾਮ ਦਾ ਸਿੱਕਾ ਚਲਾਇਆ ਜਿਹਦੇ ਤੇ ਇੱਕ ਪਾਸੇ ਲਿਖਿਆ ਹੋਇਆ ਸੀ ਸ੍ਰੀ ਅਕਾਲ ਸਹਾਏ ਦੂਸਰੇ ਪਾਸੇ ਲਿਖਿਆ ਸੀ ਹਰੀ ਫਿਰ ਮੁਜ਼ਫਰਾਬਾਦ ਚ ਇਹਨਾਂ ਨੇ ਆਪਦੇ ਨਾਮ ਤੇ ਇੱਕ ਸ਼ਹਿਰ ਵੀ ਬਸਾਇਆ ਜਿਹਦਾ ਨਾਮ ਹਰੀ ਸਿੰਘਪੁਰਾ ਰੱਖਿਆ ਬਾਅਦ ਚੋਂ ਉਹਦਾ ਨਾਮ ਤ੍ਰੱਟ ਸਿੰਘਪੁਰਾ ਰੱਖ ਦਿੱਤਾ ਗਿਆ ਹੁਣ ਹਰੀ ਸਿੰਘਪੁਰਾ ਨਹੀਂ ਕਹਿੰਦੇ ਉਹਨੂੰ ਤ੍ਰੱਟ ਸਿੰਘਪੁਰਾ ਕਹਿੰਦੇ ਨੇ ਤ੍ਰੱਟ ਦਾ ਮਤਲਬ ਹੁੰਦਾ ਬਿਜਲੀ ਕਹਿੰਦੇ ਇਹਨਾਂ ਦਾ ਇੰਨਾ ਖੌਫ ਸੀਗਾ ਵੈਰੀਆਂ ਨੂੰ ਕਿ ਉਹ ਕਹਿੰਦੇ ਸੀ ਕਿ ਇਹ ਤਾਂ ਅਸਮਾਨੀ ਬਿਜਲੀ ਵਾਂਗੂ ਆਉਂਦਾ ਤੇ ਡਿੱਗਦਾ ਸਾਨੂੰ ਪਤਾ ਹੀ ਨਹੀਂ ਕਿੱਧਰੋਂ ਆਉਂਦਾ ਹੈ ਹਰੀ ਸਿੰਘ ਨਲਵਾ ਦੀ ਸ਼ਹਾਦਤ ਤੋਂ 40 ਸਾਲ ਬਾਅਦ ਫ੍ਰਾਂਸ ਦਾ ਇੱਕ ਲੇਖਕ ਅਫਗਾਨਿਸਤਾਨ ਜਾਂਦਾ ਹੈ ਇਹ ਉਹਦੀ ਅੱਖੀਂ ਦੇਖੀ ਗੱਲ ਆ ਜਿਹੜੀ ਉਹਨੇ ਕਿਤਾਬ ਚ ਲਿਖੀ ਆ ਉਹ ਕਹਿੰਦਾ ਮੈਂ ਇੱਕ ਚੀਜ਼ ਦੇਖਦਾ ਵੀ ਉੱਥੇ ਇੱਕ ਬੱਚਾ ਰੋ ਰਿਹਾ ਹੁੰਦਾ ਫਿਰ ਮਾਂ ਕਹਿੰਦੀ ਆ ਕਿ ਚੁੱਪ ਸਾਂ ਹਰੀਆ ਰਾਗ ਲੈ ਕਿ ਚੁੱਪ ਕਰ ਜਾ ਹਰੀ ਸਿੰਘ ਨਲਵਾ ਜਾਊਗਾ ਸ਼ਹਾਦਤ ਤੋਂ 40 ਸਾਲ ਬਾਅਦ ਤਾਂ ਦੇਖਿਆ ਗਿਆ ਇਹ ਪਤਾ ਨਹੀਂ ਕਿੰਨੇ ਸਾਲ ਬਾਅਦ ਕਹਿੰਦੇ ਰਹੀਆਂ ਨੇ ਮਾਵਾ ਉੱਥੇ ਕਿਡਾ ਖੌਫ ਸੀ ਪਿੱਛੇ ਜੇ ਜਦੋਂ ਤਾਲੀਬਾਨੀਆਂ ਨੇ ਮੰਦਰਾਂ ਤੇ ਹਮਲੇ ਕਰਦੇ ਸੀ ਉਧਰ ਤੇ ਗੁਰਦੁਆਰਿਆਂ ਤੇ ਹਮਲੇ ਕਰਦੇ ਸੀ ਇੱਕ ਅਫਗਾਨਿਸਤਾਨ ਦੇ ਬੰਦੇ ਨੇ ਦੱਸੀ ਹੋਈ ਆ ਗੱਲ ਜਿਹੜਾ ਕਿ ਬਾਹਰਲੇ ਮੁਲਕ ਚ ਜਾ ਕੇ ਟੈਕਸੀ ਚਲਾਉਂਦਾ ਸੀਗਾ ਬਾਅਦ ਚ ਉਹ ਕਹਿੰਦਾ ਕਿ ਤਾਲਿਬਾਨੀਆਂ ਨੇ ਹਮਲਾ ਕਰਤਾ ਬੰਦਰਾਂ ਨੂੰ ਤੋੜਨ ਲੱਗ ਗਏ ਗੁਰਦੁਆਰਿਆਂ ਨੂੰ ਬਰਵਾਦ ਕਰਨ ਲੱਗ ਗਏ ਕਹਿੰਦੇ ਉਹ ਇੱਕ ਗੁਰਦੁਆਰੇ ਕੋਲ ਜਾਂਦੇ ਨੇ ਜਿਹਦੇ ਬਾਹਰ ਲਿਖਿਆ ਹੁੰਦਾ ਹਰੀ ਸਿੰਘ ਨਲਵਾ ਹੁਣ ਦੀ ਗੱਲ ਆ ਥੋੜੇ ਟਾਈਮ ਪਹਿਲਾਂ ਦੀ ਉਹਨਾਂ ਦੀ ਹਿੰਮਤ ਨਹੀਂ ਹੁੰਦੀ ਅੰਦਰ ਜਾਣ ਦੀ ਉਹ ਉੱਥੋਂ ਹੀ ਵਾਪਸ ਮੁੜ ਜਾਂਦੇ ਨੇ ਉਹ ਗੁਰਦੁਆਰੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਜਹਨ ਚ ਉਹਨਾਂ ਦੇ ਦੇਖੋ ਇਹ ਖੌਫ ਬਸਿਆ ਹੋਇਆ ਹਜੇ ਤੱਕ 1892 ਚ ਇੱਕ ਅਖਬਾਰ ਆਉਂਦਾ ਸੀ ਟਿਟ ਬਿਟਸ ਦੇ ਨਾਮ ਤੋਂ ਲੋਨਾੜ ਕਰੁਕੰਬ ਉਹਦਾ ਐਡੀਟਰ ਸੀਗਾ ਉਹਨੇ ਇੱਕ ਸਰਵੇ ਕੀਤਾ ਕਿ ਦੁਨੀਆ ਦੇ ਸਭ ਤੋਂ ਤਕੜੇ ਜਰਨੈਲ ਕਿਹੜੇ ਹੋਏ ਨੇ ਦੁਨੀਆ ਦਾ ਸਭ ਤੋਂ ਮਹਾਨ ਯੋद्धा ਕਿਹੜੇ ਹੋਏ ਨੇ ਉਹਦੇ ਚ ਉਹਨੇ ਆਪਸ਼ਨ ਰੱਖਿਆ ਡਿਊਕ ਆਫ ਲਿੰਕਟਨ ਚੰਗੇਜ਼ ਖਾਨ ਨੈਪੋਲੀਅਨ ਵੱਡੇ ਵੱਡੇ ਜਰਨੈਲ ਸਾਰਿਆਂ ਚੋਂ ਪਤਾ ਕਿਸ ਸਿੱਟੇ ਤੇ ਨਿਕਲਿਆ ਉਹ ਹਰੀ ਸਿੰਘ ਨਲਵਾ ਉਹਨੇ ਛਾਪਿਆ ਕਿ ਦੁਨੀਆ ਦਾ ਸਭ ਤੋਂ ਵੱਡਾ ਜਰਨੈਲ ਹਰੀ ਸਿੰਘ ਨਲਵਾ ਹੋਇਆ ਹੈ ਕਿਉਂ ਕਹਿੰਦਾ ਜਿੱਥੇ ਆ ਕੇ ਆ ਵੱਡੇ ਵੱਡੇ ਜਰਨਲ ਵੀ ਗੋਡੇ ਟੇਕ ਦਿੰਦੇ ਸੀ ਨਾ ਉਦਰਾ ਖੈਬਰ ਕਹਿੰਦਾ ਉਹ ਇਹ ਬੰਦੇ ਨੇ ਜਿੱਤਿਆ ਕਹਿੰਦਾ ਜੇ ਇਹਦੇ ਕੋਲ ਅੰਗਰੇਜ਼ਾਂ ਜਿੰਨੀ ਫੌਜ ਹੁੰਦੀ ਨਾ afghanistan ਛੱਡੋ ਨੇ ਸਾਰਾ ਮੁਲਕ ਜਿੱਤ ਲੈਣਾ ਸੀ ਇਹ ਕੰਗਰੇਜ ਲਿਖਦਾ ਹੈ ਹੁਣ ਆਉਣਿਆ ਇਹਨਾਂ ਦੀ ਸ਼ਹਾਦਤ ਵੱਲ ਜਮਰਾਉਜ਼ ਨੂੰ ਜਦੋਂ ਇਹ ਫਤਿਹ ਕਰ ਲੈਂਦੇ ਨੇ ਉਦੋਂ ਅਗਲਾ ਨਿਸ਼ਾਨਾ ਹੁੰਦਾ ਕਾਬਲ ਜਿਹੜਾ afghanistan ਦੀ ਰਾਜਤਾਨੀਆਂ ਹੁਣ ਫਿਰ ਆ ਜਾਂਦਾ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨਾਨਿਹਾਲ ਦਾ ਵਿਆਹ ਉਥੇ ਆਉਣਾ ਹੁੰਦਾ ਕਿਸੇ ਵੱਡੇ ਅੰਗਰੇਜ਼ ਅਫਸਰਾਂ ਨੇ ਮਹਾਰਾਜ ਰਣਜੀਤ ਸਿੰਘ ਕੀ ਕਰਦੇ ਨੇ ਜਿੰਨੇ ਵੀ ਕਿਲੇ ਹੁੰਦੇ ਨੇ ਸਿੱਖ ਰਾਜ ਤੇ ਉਥੇ ਫੌਜ ਲੱਗੀ ਹੁੰਦੀ ਆ ਉਹ ਸਾਰੀ ਫੌਜ ਨੂੰ ਬੁਲਾ ਲੈਂਦੇ ਨੇ ਲਾਹੌਰ ਵਿਆਹ ਤੇ ਸ਼ਕਤੀ ਪ੍ਰਦਰਸ਼ਨ ਕਰਨ ਲਈ ਕਿ ਅੰਗਰੇਜ਼ਾਂ ਨੂੰ ਅਸੀਂ ਆਪਣੀ ਤਾਕਤ ਦਿਖਾਵਾਂਗੇ ਜਮਰੋਦ ਦੇ ਕਿਲੇ ਤੋਂ ਵੀ ਸਾਰੀ ਫੌਜ ਵਾਪਸ ਬੁਲਾ ਲਈ ਜਾਂਦੀ ਆ ਉਥੇ ਸਿਰਫ 700 ਸਿੱਖ ਫੌਜ ਹੁੰਦੀ ਆ ਹਰੀ ਸਿੰਘ ਨਲਵਾ ਉਸ ਟਾਈਮ ਤੇ ਬਹੁਤ ਜ਼ਿਆਦਾ ਬਿਮਾਰ ਹੁੰਦੇ ਨੇ ਤੇ ਹਰੀ ਸਿੰਘ ਨਲਵਾ ਹੁੰਦੇ ਨੇ ਪਸ਼ਾਵਰਚ ਜਮਰੋਦ ਦੇ ਕਿਲੇ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਮਹਾ ਸਿੰਘ ਨੂੰ ਉਥੋਂ ਦੀ ਇੱਕ ਅੰਗਰੇਜ਼ ਗੁਜ਼ਰ ਰਿਹਾ ਹੁੰਦਾ ਜਦੋਂ ਦੇਖਦਾ ਹੈ ਕਿ ਜਮਰੋਦ ਦਾ ਕਿਲਾ ਤਾਂ ਖਾਲੀ ਪਿਆ ਹੈ ਫਿਰ ਉਹ دوست ਮੁਹੰਮਦ ਖਾਨ ਨੂੰ ਜਾ ਕੇ ਦੱਸਦਾ ਹੁਣੇ دوست ਮੁਹੰਮਦ ਖਾਨ ਕੌਣ ਹੈ ਇਹ دوست ਮੁਹੰਮਦ ਖਾਨ ਨੂੰ ਹਰੀ ਸਿੰਘ ਨਲਵੇ ਨੇ ਕਈ ਜੰਗਾਂ ਚ ਬੁਰੇ ਤਰੀਕੇ ਨਾਲ ਹਰਾਇਆ ਸੀ ਜਾ ਕੇ ਕਹਿੰਦਾ ਫਿਰ ਅੰਗਰੇਜ਼ دوست ਮੁਹੰਮਦ ਖਾਨ ਨੂੰ ਕਿ ਆ ਤੁਹਾਡੇ ਲਈ ਬੈਸਟ ਮੌਕਾ ਹੈ ਕਿ ਜੇ ਜਿੱਤ ਸਕਦੇ ਹੋ ਵਾਪਸ ਦੁਬਾਰਾ ਜਮਰੋਦ ਦਾ ਕਿਲਾ ਤਾਂ ਹੁਣੇ ਜਿੱਤ ਸਕਦੇ ਹੋ ਨਹੀਂ ਤਾਂ ਜਿੱਤ ਨਹੀਂ ਸਕਦੇ ਤੁਸੀਂ ਇਸ ਤੋਂ ਬਾਅਦ ਇਸ ਤੋਂ ਬਾਅਦ ਤਾਂ ਫਿਰ ਹਰੀ ਸਿੰਘ ਨਲਵੇ ਨੇ ਸਿੱਧਾ ਕਾਬਲ ਚਾਕੇ ਧੌਣ ਫੜਨੀ ਆ ਤੁਹਾਡੀ ਦੋਸਤ ਮੁਹੰਮਦ ਖਾਨ ਫਿਰ ਆਪਣੇ ਪੰਜ ਪੁੱਤਰਾਂ ਤੇ 30000 ਦੀ ਫੌਜ ਨੂੰ ਭੇਜਦਾ ਹੈ ਕਿ ਜਾਓ ਜਮਰਾਤ ਨੂੰ ਘੇਰਾ ਪਾ ਲਓ ਹਿੰਮਤ ਉਹਨਾਂ ਦੀ ਫਿਰ ਵੀ ਨਹੀਂ ਹੁੰਦੀ ਅੰਦਰ ਜਾਣ ਦੀ ਇੱਕ ਪਾਸੇ 30000 ਦੀ ਫੌਜ ਲੈ ਕੇ ਜਾਂਦੇ ਨੇ ਇੱਕ ਪਾਸੇ ਅੰਦਰ ਸਿਰਫ 700 ਗੁਰੂ ਦੇ ਸਿੱਖ ਹੌਸਲਾ ਨਹੀਂ ਹੁੰਦਾ ਉਹਨਾਂ ਦਾ ਅੰਦਰ ਕਿਲੇ ਦੇ ਜਾਣ ਦਾ ਬਾਹਰੋਂ ਘੇਰਾਬੰਦੀ ਕਰ ਲੈਂਦੇ ਨੇ ਘੇਰਾਬੰਦੀ ਕਰੀ ਰੱਖਦੇ ਨੇ ਰਾਸ਼ਨ ਪਾਣੀ ਸਾਰਾ ਕੁਝ ਸਪਲਾਈ ਬੰਦ ਅੰਦਰ ਫਿਰ ਜੰਗ ਹੁੰਦੀ ਆ ਤੇ ਮਹਾ ਸਿੰਘ ਹੋਣੀ ਬਹੁਤ ਬਹਾਦਰੀ ਨਾਲ ਉਹ ਜੰਗ ਲੜਦੇ ਨੇ ਪਰ ਇੱਕ ਚੀਜ਼ ਦਾ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਕਿ ਪਠਾਨਾਂ ਨੂੰ ਅਸੀਂ ਜ਼ਿਆਦਾ ਦਿਰ ਰੋਕ ਨਹੀਂ ਸਕਾਂਗੇ ਮਹਾ ਸਿੰਘ ਫਿਰ ਇੱਕ ਚਿੱਠੀ ਲਿਖਦੇ ਨੇ ਹਰੀ ਸਿੰਘ ਨਲਵੇ ਨੂੰ ਕਿ ਅਸੀਂ ਆਪਦੇ ਆਖਰੀ ਸਾਹ ਤੱਕ ਜਮਰੋਦ ਦੇ ਕਿਲੇ ਦੀ ਰੱਖਿਆ ਕਰਾਂਗੇ ਕਿ ਇਹ ਪਠਾਨ ਸਾਨੂੰ ਸ਼ਹੀਦ ਕਰਨ ਤੋਂ ਬਾਅਦ ਜੇ ਇਹ ਕਿਲੇ ਦੇ ਅੰਦਰ ਐਂਟਰ ਕਰ ਗਏ ਉਹਨੂੰ ਸਾਡੀ ਬੁਜਦਲੀ ਨਾ ਸਮਝਿਓ ਕਿ ਅਸੀਂ ਆਪਦੇ ਆਖਰੀ ਸਾਹ ਤੱਕ ਲੜਾਂਗੇ ਚਿੱਠੀ ਦੇ ਦਿੱਤੀ ਜਾਂਦੀ ਆ ਹਰਸ਼ਰਨ ਕੌਰ ਨੂੰ ਹਰਸ਼ਰਨ ਕੌਰ ਚਿੱਠੀ ਲੈ ਕੇ ਜਾਂਦੀ ਆ ਹਰੀ ਸਿੰਘ ਨਲਵੇ ਕੋਲ ਉਹਨੇ ਹਰਸ਼ਰਨ ਕੌਰ ਕੌਣ ਹੈ ਇਹਦੇ ਪਿੱਛੇ ਵੀ ਇੱਕ ਬਹੁਤ ਦਿਲਚਸਪ ਕਹਾਣੀ ਆ ਇਹ ਹਰਸ਼ਰਨ ਕੌਰ ਉਹ ਨਹੀਂ ਆ ਜਿਹੜੇ ਇੱਕ ਬੀਬੀ ਹਰਸ਼ਰਨ ਕੌਰ ਸੀਗੇ ਜਿਨ੍ਹਾਂ ਨੇ ਚਮਕੌਰ ਦੀ ਜੰਗ 'ਚ ਸਾਹਿਬਜ਼ਾਦਿਆਂ ਤੇ ਸ਼ਹੀਦ ਸਿੱਖਾਂ ਦਾ ਸੰਸਕਾਰ ਕੀਤਾ ਸੀ ਇਹ ਹਰਸ਼ਰਨ ਕੌਰ ਹੋਰ ਆ ਹਰਸ਼ਰਨ ਕੌਰ ਪਹਿਲਾਂ ਇੱਕ ਹਿੰਦੂ ਫੈਮਲੀ ਨਾਲ ਸੰਬੰਧਿਤ ਸੀ ਜਦੋਂ ਹਰੀ ਸਿੰਘ ਨਲਵਾ ਅਫਗਾਨਾਂ ਦੇ ਇਲਾਕੇ ਜਿੱਤ ਰਹੇ ਸੀ ਤਾਂ ਉਦੋਂ ਹਰਸ਼ਰਨ ਕੌਰ ਦਾ ਵਿਆਹ ਹੋਇਆ ਸੀ ਹਿੰਦੂ ਫੈਮਲੀ 'ਚ ਉਥੋਂ ਦੇ ਜਿਹੜੇ ਪਠਾਨ ਡਾਕੂ ਸੀ ਉਹ ਇਹਦਾ ਡੋਲਾ ਚੱਕ ਕੇ ਲੈ ਜਾਂਦੇ ਨੇ ਇਹਦੇ ਸਹੁਰਿਆਂ 'ਚ ਪਹੁੰਚਣ ਤੋਂ ਪਹਿਲਾਂ ਹੀ ਇਹਦਾ ਡੋਲਾ ਚੱਕ ਲਿਆ ਜਾਂਦਾ ਹੈ ਤਾਂ ਇਹਦਾ ਸਾਰਾ ਪਰਿਵਾਰ ਹਰੀ ਸਿੰਘ ਨਲਵੇ ਕੋਲ ਆਉਂਦਾ ਹੈ ਕਿ ਸਾਡੇ ਨਾਲ ਇਦਾਂ ਇਦਾਂ ਹੋਇਆ ਜੀ ਤੇ ਸਾਡੇ ਘਰ ਦੀ ਇੱਜ਼ਤ ਨੂੰ ਬਚਾ ਲਓ ਹਰੀ ਸਿੰਘ ਨਲਵਾ ਫਿਰ ਆਪਣੇ ਸਿਕਸ ਪਾਈਆਂ ਨਾਲ ਜਾਂਦੇ ਨੇ ਉਹ ڈاکਵਾਂ ਨੂੰ ਸੌਦਾ ਲਾ ਕੇ ਆਉਂਦੇ ਨੇ ਤੇ ਉਹ ਕੁੜੀ ਨੂੰ ਸਹੀ ਸਲਾਮਤ ਵਾਪਸ ਲਿਆਉਂਦੇ ਨੇ ਕਹਿੰਦੇ ਆਹ ਲਓ ਤੁਹਾਡੇ ਘਰ ਦੀ ਇੱਜ਼ਤ ਮੈਂ ਸਹੀ ਸਲਾਮਤ ਲਿਆਇਆ ਹੁਣ ਆਪਣੇ ਘਰ ਲੈ ਜਾਓ ਉੱਥੇ ਖੁਸਰਪੁਸਰ ਸ਼ੁਰੂ ਹੋ ਜਾਂਦੀ ਆ ਉਹਦੇ ਸਾਰੇਆਂ ਚ ਕੁੜੀ ਦੇ ਹਰੀ ਸਿੰਘ ਨਾਲ ਬਾਅਦ ਫਿਰ ਪੁੱਛਦੇ ਨੇ ਵੀ ਕੀ ਹੋਇਆ ਉਹ ਕਹਿੰਦੇ ਜੀ ਇੱਕ ਦਿਨ ਇਹ ਪਠਾਨਾਂ ਦੇ ਘਰੇ ਰਹਿ ਆਈ ਆ ਕਿ ਹੁਣ ਸਾਨੂੰ ਔਖਾ ਆਏ ਸੀ ਲਿਆ ਨਹੀਂ ਸਕਦੇ ਜਿਹੜੀ ਉਹ ਕੁੜੀ ਹੁੰਦੀ ਆ ਉੱਥੇ ਫਿਰ ਉਹ ਗੁੱਸੇ 'ਚ ਆ ਜਾਂਦੀ ਆ ਕਹਿੰਦੀ ਮੈਂ ਜਾਣਾ ਵੀ ਨਹੀਂ ਹੈਗਾ ਇਹ ਜੇ ਲੋਕਾਂ ਦੇ ਜਿਹੜੀ ਇੱਕ ਤਾਂ ਮੇਰੀ ਇੱਜ਼ਤ ਦੀ ਰਾਖੀ ਨਹੀਂ ਕਰ ਸਕੇ ਦੂਸਰਾ ਜਦੋਂ ਇਹ ਲੈ ਕੇ ਆਏ ਨੇ ਮੈਨੂੰ ਬਚਾ ਕੇ ਤੇ ਹੁਣ ਤੁਸੀਂ ਕਹਿੰਦੇ ਹੋ ਅਸੀਂ ਲੈ ਕੇ ਨਹੀਂ ਜਾਣਾ ਨਾਲ ਫਿਰ ਉਹ ਹਰੀ ਸਿੰਘ ਨਲਵਾ ਨੂੰ ਕਹਿੰਦੀ ਆ ਕਿ ਮੈਂ ਨਹੀਂ ਇਹਨਾਂ ਦੇ ਨਾਲ ਜਾਣਾ ਮੈਨੂੰ ਆਪਦੀ ਸ਼ਰਨ ਵਿੱਚ ਰੱਖ ਲਓ ਫਿਰ ਉਹ Hindu ਕੁੜੀ ਅਮਰਤ ਸ਼ਕਦੀ ਆ ਤੇ ਹਰ ਸ਼ਰਨਕੌਰ ਬਣ ਜਾਂਦੀ ਆ ਕਿ ਸ਼ਰਨ ਚ ਆ ਗਈ ਮੈਂ ਹਰ ਸ਼ਰਨਕੌਰ ਫਿਰ ਜਾਂਦੀ ਆ ਚਿੱਠੀ ਲੈ ਕੇ ਹਰੀ ਸਿੰਘ ਨਲਵੇ ਕੋਲ ਪੇਸ਼ਾਵਰ ਇਹ ਸ਼ੇਰ ਬਹਾਦਰ ਪਲੰਗ ਤੇ ਪਿਆ ਹੈ ਬਹੁਤ ਜ਼ਿਆਦਾ ਬਿਮਾਰ ਜਾ ਕੇ ਉਹ ਚਿੱਠੀ ਦਿੰਦੀ ਆ ਕਹਿੰਦੇ ਨਾਲ ਦੀ ਨਾਲ ਹਰੀ ਸਿੰਘ ਨਲਵੇ ਦੀਆਂ ਅੱਖਾਂ 'ਚ ਖੂਨ ਉਤਰਿਆਉਂਦਾ ਬਿਮਾਰੀ ਸਮਾਰੀ ਸਭ ਭੁੱਲ ਜਾਂਦੇ ਨੇ ਆਪਣੀ 3 ਕ ਹਜ਼ਾਰ ਦੀ ਫੌਜ ਲੈ ਕੇ ਫਿਰ ਇਹ ਜਮਰੋਦ ਵੱਲ ਨੂੰ ਰੁਖ ਕਰਦੇ ਨੇ ਮਹਾਰਾਜ ਰਣਜੀਤ ਸਿੰਘ ਨੂੰ ਫਿਰ ਇਹ ਚਿੱਠੀ ਲਿਖਦੇ ਨੇ ਕਿ ਮੈਂ ਜਾ ਰਿਹਾ ਜਮਰੋਦ ਏਦਾਂ ਏਦਾਂ ਹੋ ਗਿਆ ਜਮਰੋਦ ਕਿ ਤੁਸੀਂ ਲਾਹੌਰ ਤੋਂ ਫੌਜ ਭੇਜ ਦਿਓ ਜਮਰੋਦ ਲਈ ਉਹ ਚਿੱਠੀ ਪਹੁੰਚਦੀ ਆ ਗੁਲਾਬ ਸਿੰਘ ਡੋਗਰੇ ਕੋਲ ਤੇ ਗੁਲਾਬ ਸਿੰਘ ਡੋਗਰਾ ਉਹ ਚਿੱਠੀ ਦਿੰਦਾ ਹੀ ਨਹੀਂ ਮਹਾਰਾਜ ਰਣਜੀਤ ਸਿੰਘ ਨੂੰ ਬੇਈਮਾਨੀਆ ਦੇਖੋ ਹੁਣ ਤੁਸੀਂ ਬਹੁਤ ਲੇਟ ਦਿੱਤੀ ਜਾਂਦੀ ਆ ਚਿੱਠੀ ਉਹ ਐਡੀ ਬੇਈਮਾਨੀ ਦਾ ਕਾਰਨ ਕੀ ਸੀ ਥੋੜਾ ਟਾਈਮ ਪਹਿਲਾਂ ਹਰੀ ਸਿੰਘ ਨਲਵੇ ਨੇ ਇੱਕ ਰੈ ਦਿੱਤੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਭਰੇ ਦਰਬਾਰ 'ਚ ਕਿ ਇਹ ਜਿਹੜਾ ਖਾਲਸਾ ਰਾਜ ਆ ਜਿਹਦੇ ਤੁਸੀਂ ਮਹਾਰਾਜਾ ਹੋ ਇਹ ਬਹੁਤ ਸਿੱਖਾਂ ਨੇ ਆਪਦਾ ਖੂਨ ਡੋਲ ਕੇ ਇਹ ਰਾਜ ਪੈਦਾ ਕੀਤਾ ਹੈ ਕਿ ਇਹਨੂੰ ਆਪਦਾ ਪੁਸਤੈਨੀ ਰਾਜ ਨਾ ਬਣਾਇਓ ਇਹਨੂੰ ਖਾਲਸੇ ਦੇ ਨਾਮ ਹੀ ਕਰ ਦਿਓ ਡੋਗਰੇ ਉਸ ਗੱਲ ਤੋਂ ਡਰ ਗਏ ਸੀ ਕਿ ਸਾਨੂੰ ਇਹ ਰਾਜ ਨਹੀਂ ਮਿਲਣਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕਿ ਹਰੀ ਸਿੰਘ ਨਲਵਾ ਬਣੂਗਾ ਰਾਜਾ ਤਾਂ ਕਰਕੇ ਉਹਨਾਂ ਨੂੰ ਮੌਕਾ ਮਿਲ ਗਿਆ ਫਿਰ ਉਹਨਾਂ ਨੇ ਗੁਲਾਬ ਸਿੰਘ ਡੋਗਰੇ ਨੇ ਇਹ ਚਿੱਠੀ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚ ਨਹੀਂ ਦਿੱਤੀ ਬਹੁਤ ਟਾਈਮ ਹੁਣ ਆ ਜੀਏ ਬੈਕ ਟੂ ਜਮਰਾਤ ਦੀ ਜੰਗ ਤੇ ਜਦੋਂ ਹਰੀ ਸਿੰਘ ਨਲਵਾ ਐਂਟਰ ਕਰਦਾ ਹੈ ਜਮਰਾਤ ਪਠਾਨ ਉਹਨੂੰ ਦੇਖਦੇ ਨੇ ਤਕੰਬਨ ਲੱਗ ਜਾਂਦੇ ਨੇ ਕਹਿੰਦੇ ਯਾਰ ਆਹ ਕਿੱਥੋਂ ਆ ਗਿਆ ਇਹ ਤਾਂ ਅਧ ਮਰਿਆ ਪਿਆ ਸੀ ਬੈੱਡ ਤੇ ਸਾਨੂੰ ਦੱਸਿਆ ਗਿਆ ਸੀ ਕਿ ਤਾਂ ਬਿਮਾਰ ਹੈ ਆ ਹੀ ਨਹੀਂ ਸਕਦਾ ਅੱਦੇ ਤਾਂ ਭੱਜ ਜਾਂਦੇ ਨੇ ਉਹ ਤੋਂ ਡਰਦੇ ਹੀ ਜਿਹੜੇ ਰਹਿ ਜਾਂਦੇ ਨੇ ਹਰੀ ਸਿੰਘ ਨਲਵਾ ਫਿਰ ਉਹਨਾਂ ਨੂੰ ਟੱਕਰ ਦਿੰਦੇ ਨੇ ਉਹ ਚੋਂ ਦੋਸਤ ਮੁਹੰਮਦ ਖਾਨ ਦੇ ਕਈ ਪੁੱਤ ਮਾਰੇ ਜਾਂਦੇ ਨੇ ਸਿੱਖਾਂ ਹੱਥੋਂ ਉੱਥੇ ਫਿਰ ਸਿੱਖਾਂ ਤੇ ਅਫਗਾਨਾਂ ਦੀ ਤਕੜੀ ਲੜਾਈ ਹੁੰਦੀ ਆ ਆਖਰਕਾਰ ਉਹਨਾਂ ਨੂੰ ਭੱਜਣਾ ਪੈਂਦਾ ਅਫਗਾਨਾਂ ਨੂੰ ਉੱਥੋਂ ਫਿਰ ਭਾਈ ਨਿਦਾਨ ਸਿੰਘ ਪੰਜ ਹੱਥਾ ਸੀਗੇ ਇੱਕ ਮਾਰੇ ਰঞ্জੀਤ ਸਿੰਘ ਦੀ ਫੌਜ ਦੇ ਬਹੁਤ ਤਕੜੇ ਯੋਧਾ ਉਹ ਪਿੱਛੇ ਚੱਲ ਜਾਂਦੇ ਨੇ ਅਫਗਾਨਾਂ ਦੇ ਕੇ ਮੋੜਣਾਉਣ ਵਾਪਸ ਇਹ ਕਿ ਇਹਨਾਂ ਨੂੰ ਭਜਾ ਕੇ ਆਉਣੇ ਆ ਕਾਫੀ ਅੱਗੇ ਨਿਕਲ ਜਾਂਦੇ ਨੇ ਪਠਾਨ ਪਿੱਛੇ ਹੁੰਦੇ ਨੇ ਨਿਦਾਨ ਸਿੰਘ ਪੰਜ ਹੱਥਾ ਜਦੋਂ ਅਫਗਾਨ ਕਾਫੀ ਅੱਗੇ ਨਿਕਲ ਜਾਂਦੇ ਨੇ ਫਿਰ ਇਹ ਦੇਖਦੇ ਨੇ ਵੀ ਥੋੜੇ ਜਿਹੇ ਸਿੱਖੀ ਸਾਡੇ ਮਗਰ ਆ ਰਹੇ ਨੇ ਇਹ ਫਿਰ ਉਹਨਾਂ ਤੇ ਹਮਲਾ ਕਰ ਦਿੰਦੇ ਨੇ ਹਰੀ ਸਿੰਘ ਨਲਵਾ ਉਹਨਾਂ ਨੂੰ ਬਚਾਉਣ ਲਈ ਉੱਥੇ ਗਏ ਹੁੰਦੇ ਨੇ ਪਿੱਛੇ ਜਾ ਰਹੇ ਹੁੰਦੇ ਨੇ ਕੁਝ ਗਾਜੀ ਪਠਾਨ ਗੁਫਾਵਾਂ ਵਿੱਚ ਲੁਕੇ ਬੈਠੇ ਹੁੰਦੇ ਨੇ ਉਹ ਗੋਲੀਆਂ ਚਲਾਉਂਦੇ ਨੇ ਗੋਲੀ ਲੱਗਦੀ ਆ ਹਰੀ ਸਿੰਘ ਨਲਵਾ ਦੇ ਬੋਡੀਗਾਰਡ ਨੂੰ ਅੰਗਰੱਖਕ ਨੂੰ ਘੋੜੇ ਤੋਂ ਹੱਥਲੇ ਡਿੱਗ ਜਾਂਦੇ ਨੇ ਦੋ ਗੋਲੀਆਂ ਵੱਜਦੀਆਂ ਨੇ ਫਿਰ ਇਹ ਮਹਾਨ ਜਰਨੈਲ ਦੇ ਇੱਕ ਛਾਤੀ 'ਚ ਵੱਜਦੀ ਆ ਇੱਕ ਬੱਖੀ ਤੇ ਵੱਜਦੀ ਆ ਗੋਲੀ ਸੋਚੋ ਜਿਹੜੀ ਵੱਖੀ ਵਾਲੀ ਗੋਲੀ ਹੁੰਦੀ ਆ ਉਹ ਚੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਬਹੁਤ ਜ਼ਿਆਦਾ। ਘੋੜੇ ਤੋਂ ਉਤਰਦੇ ਨੇ ਇਹ। ਹੱਥ 'ਚ ਤਲਵਾਰ ਹੁੰਦੀ ਆ, ਖੂਨ ਵਗ ਰਿਹਾ ਏ, ਜਾ ਕੇ ਉਹਨਾਂ ਨੂੰ ਫੜਦੇ ਨੇ ਤੇ ਉਹਨਾਂ ਦੇ ਸਿਰ ਕਲਮ ਕਰਦੇ ਨੇ ਤਲਵਾਰ ਨਾਲ। ਸੋਚ ਕੇ ਦੇਖੋ ਦੋ ਗੋਲੀਆਂ ਵੱਜੀਆਂ ਹੋਈਆਂ ਨੇ, ਖੂਨੋਂ ਖੂਨ ਹੋ ਰਹੇ ਨੇ, ਫਿਰ ਵੀ ਉਹਨਾਂ ਨੂੰ ਉੱਥੇ ਮਾਰ ਕੇ ਆਉਂਦੇ ਨੇ। ਉਦੋਂ ਬਾਅਦ ਫਿਰ ਇਹ ਆਪਦੇ ਘੋੜੇ ਤੇ ਬਹਿੰਦੇ ਨੇ ਤੇ ਫਿਰ ਜਮਰੌਦ ਦੇ ਕਿਲੇ ਵੱਲ ਨੂੰ ਜਾਂਦੇ ਨੇ। ਇਹਨਾਂ ਦੇ ਮਨ 'ਚ ਇਹ ਖਿਆਲ ਆਉਂਦਾ ਕਿ ਮੈਂ ਇੱਥੇ ਨਹੀਂ ਮੈਨੂੰ ਕੁਝ ਹੋਣਾ ਚਾਹੀਦਾ। ਕਿ ਇਹ ਪਠਾਨ ਨੇ ਜਿਹੜੇ ਇਹ ਮੇਰੀ লাশ ਨਾਲ ਪਤਾ ਹੀ ਨਹੀਂ ਕੀ ਕੁਝ ਕਰਨਗੇ ਕਿ ਇਤਿਹਾਸ ਦੇ ਪੰਨਿਆਂ 'ਚ ਇਹ ਚੀਜ਼ ਮੈਂ ਨਹੀਂ ਲਿਖਣ ਦਊਗਾ ਹਰੀ ਸਿੰਘ ਨਲਵਾ ਦੀ লাশ ਨਾਲ ਪਠਾਨਾਂ ਨੇ ਆਹ ਕੀਤਾ ਦੋ ਗੋਲੀਆਂ ਲੱਗੀਆਂ ਨੇ ਹਰੀ ਸਿੰਘ ਨਲਵਾ ਦੇ ਬੁਰੇ ਤਰੀਕੇ ਨਾਲ ਖੂਨ ਵਗ ਰਿਹਾ ਹੈ ਕੋੜੇ ਤੇ ਬੰਦੇ ਨੇ ਤੇ ਸਿੱਧਾ ਜਮਰੋਦ ਦੇ ਕਿਲੇ ਵੱਲ ਨੂੰ ਜਾਂਦੇ ਨੇ ਇਸ ਹਾਲਾਤ ਨੂੰ ਫਿਰ ਕਾਦਰ ਯਾਰ ਇਸ ਤਰੀਕੇ ਨਾਲ ਬਿਆਨ ਕਰਦਾ ਹੈ ਨੂੰ ਨਿਕਲ ਚੱਲ ਘੋੜਿਆ ਕਿਲੇ ਦੇ ਵੱਲ ਅਸਾ ਪਾਵਣਾ ਨਹੀਂ ਦੂਜੀ ਵਾਰ ਫੇਰਾ ਗੋਲੀ ਲੱਗੀ ਐ ਕਹਿਰ ਕਲੋਲ ਵਾਲੀ ਕਾਇਲ ਹੋ ਗਿਆ ਐ ਅੱਜ ਸਵਾਰ ਤੇਰਾ ਮੇਰੇ ਬੰਕੇ ਆ ਸ਼ੈਲ ਸ਼ਵੀਲੇ ਆਵੇ ਤੂੰ ਐ ਸ਼ਾਹਾਂ ਮੈਦਾਨਾਂ ਦਾ ਯਾਰ ਮੇਰਾ ਲਹੂਲਹਾਨ ਹਰੀ ਸਿੰਘ ਨਲਵਾ ਫਿਰ ਜਮਰੌਦ ਦੇ ਕਿਲੇ ਤੇ ਪਹੁੰਚ ਜਾਂਦਾ ਮਹਾ ਸਿੰਘ ਹੋਣੀ ਫਿਰ ਉਹਨਾਂ ਨੂੰ ਉੱਥੋਂ ਉਤਾਰਦੇ ਨੇ ਹਰੀ ਸਿੰਘ ਨਲਵਾ ਜਾਣਗੇ ਸੀ ਵੀ ਹੁਣ ਕੀ ਹੋਣ ਵਾਲਾ ਐ ਪਰ ਫਿਰ ਵੀ ਜਿਹੜੇ ਫੱਟ ਬੰਨਣ ਵਾਲੇ ਹੁੰਦੇ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਐ ਹਰੀ ਸਿੰਘ ਨਲਵਾ ਫਿਰ ਉੱਥੇ ਇੱਕ ਗੱਲ ਕਹਿੰਦੇ ਨੇ ਮਹਾ ਸਿੰਘ ਨੂੰ ਕਿ ਸਾਡਾ ਬੁਲਾਵਾ ਆ ਗਿਆ ਏ ਪਰ ਤੁਸੀਂ ਮੇਰੀ ਸ਼ਹਾਦਤ ਦੀ ਖਬਰ ਪਠਾਨਾਂ ਤੱਕ ਨਹੀਂ ਪਹੁੰਚੰਦੇ ਨਹੀਂ ਜਦੋਂ ਤੱਕ ਲਾਹੌਰ ਤੋਂ ਸਿੱਖ ਫੌਜਾਂ ਨਹੀਂ ਆ ਜਾਂਦੀਆਂ ਕਹਿੰਦੇ ਜੇ ਮੇਰੀ ਸ਼ਹਾਦਤ ਦੀ ਖਬਰ ਪਠਾਨਾਂ ਨੂੰ ਲੱਗ ਗਈ ਉਹਨਾਂ ਨੇ ਦੁਬਾਰਾ ਫੇਰ ਆ ਜਾਣਾ ਹਮਲਾ ਕਰ ਦੇਣਾ ਕਿਲੇ ਤੇ ਫਿਰ ਕਿਸੇ ਨੂੰ ਨਹੀਂ ਦੱਸਿਆ ਜਾਂਦਾ ਗਨਮੇ ਚੁਣਮੇ ਉੱਥੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਕੋਲ ਹੀ ਇਹ ਰਾਜ ਹੈ ਸਿੱਖ ਫੌਜਾਂ ਨੂੰ ਵੀ ਬਹੁਤਿਆਂ ਨੂੰ ਪਤਾ ਨਹੀਂ ਹੈ 4 ਦਿਨਾਂ ਤੱਕ ਫਿਰ ਹਰੀ ਸਿੰਘ ਨਲਵੇ ਦੀ ਬਾਡੀ ਨੂੰ ਇੱਕ ਕਿਲੇ ਦੇ ਕਮਰੇ ਅੰਦਰ ਰੱਖਿਆ ਗਿਆ ਹਰ ਰੋਜ਼ ਥਾਲੀ ਜਾਂਦੀ ਰੋਟੀ ਵਾਲੀ ਅੰਦਰੋਂ ਖਾਲੀ ਹੋ ਕੇ ਆਉਂਦੀ ਥਾਲੀ ਕੱਪੜੇ ਜਾਂਦੇ ਹਰੀ ਸਿੰਘ ਨਲਵੇ ਦਾ ਕਸ਼ੈਰਾ ਅੰਦਰੋਂ ਪਾਣੀ ਚ ਨਿਚੋੜ ਕੇ ਬਾਹਰ ਸੁੱਕਣਾ ਪਾਇਆ ਜਾਂਦਾ ਕਿ ਹਰੀ ਸਿੰਘ ਨਲਵਾ ਜਿਉਂਦਾ ਹੈ ਬਿਮਾਰ ਹੈ ਚਮਰੌਦ ਦਾ ਕਿਲਾ ਜਰੂਰ ਦੁਬਾਰਾ ਜਿੱਤ ਲਿਆ ਸੀ ਸਿੱਖ ਫੌਜਾਂ ਨੇ ਪਰ ਪੰਜਾਬ ਅਜਹਾਰ ਗਿਆ ਸੀ ਹਰੀ ਸਿੰਘ ਨਲਵਾ ਦੀ ਸ਼ਹਾਦਤ ਤੇ ਇੱਕ ਸ਼ਾਇਰ ਲਿਖਦਾ ਹੈ ਮੌਤ ਨਹੀਂ ਸੂਰਮੇ ਦੀ ਮੌਤ ਇਹ ਪੰਜਾਬ ਦੀ ਸੀ ਸੌਂਦੇ ਸਾਰ ਉਹਦੇ ਜਾਗ ਪਈਆਂ ਬਰਵਾਦੀਆਂ ਮਾਨੋਪੋਲ ਟੁੱਟਾ ਸਤਲੁਜ ਦਾ ਸੀ ਉਸ ਦਿਨ ਆਈਸੀ ਗੁਲਾਮੀ ਤੁਰ ਗਈਆਂ ਸੀ ਆ ਜਾਂਦੀਆਂ ਉਸ ਦਿਨ ਅਸਲ 'ਚ ਪੰਜਾਬ ਹਾਰ ਗਿਆ ਸੀ ਹਰੀ ਸਿੰਘ ਨਲਵਾ ਨੇ 1,49,000 ਸਕੁਅਰ ਮੀਟਰ ਦੇ ਕਰੀਬ ਪੰਜਾਬ ਨੂੰ ਫੈਲਾਤਾ ਸੀ ਉਸ ਤੋਂ ਬਾਅਦ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ 1 ਇੰਚ ਦਾ ਵਾਧਾ ਨਹੀਂ ਹੋਇਆ ਜਦੋਂ ਹਰੀ ਸਿੰਘ ਨਲਵਾ ਦੀ ਸ਼ਹਾਦਤ ਦੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ ਉਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਫੁੱਟ ਫੁੱਟ ਕੇ ਰੋਂਦੇ ਵੇਖਿਆ ਕਹਿੰਦੇ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਉਸ ਟਾਈਮ ਪਤਾ ਕੀ ਕੀਤਾ ਸੀ ਕਹਿੰਦੇ ਐਦੋਂ ਮੇਰਾ ਅੱਧਾ ਰਾਜ ਚਲਿਆ ਜਾਂਦਾ ਹਰੀ ਸਿੰਘ ਨਲਵੇ ਨੂੰ ਕੁਝ ਨਹੀਂ ਹੋਣਾ ਚਾਹੀਦਾ ਸੀ ਕਹਿੰਦੇ ਮੈਨੂੰ ਪਤਾ ਮੇਰੇ ਅੱਦੇ ਗਏ ਹੋਏ ਰਾਜ ਨੂੰ ਮੇਰੇ ਇਹ ਜਰਨਲ ਨੇ ਇੱਕ ਦਿਨ ਚ ਵਾਪਸ ਲਿਆਉਣਾ ਸੀ ਕੁਲਾਬ ਸਿੰਘ ਡੋਗਰਾ ਤੇ ਬਹੁਤ ਜ਼ਿਆਦਾ ਗੁੱਸੇ ਹੋਏ ਮਹਾਰਾਜਾ ਰਣਜੀਤ ਸਿੰਘ ਉਹਨੂੰ ਕਹਿੰਦੇ ਤੂੰ ਮਨਹੂਸ ਆ ਤੂੰ ਮੈਨੂੰ ਦੱਸਿਆ ਨਹੀਂ ਕਹਿੰਦੇ ਨੇ ਇੱਕ ਗੜਬੀ ਲਈ ਤੇ ਉਹਦੇ ਚੱਕ ਕੇ ਮਾਰੀ ਮਹਾਰਾਜਾ ਰਣਜੀਤ ਸਿੰਘ ਨੇ ਡੋਗਰੇ ਦੇ ਪਰ ਹੁਣ ਜੋ ਹੋਣਾ ਸੀ ਉਹ ਤਾਂ ਹੋ ਚੁੱਕਿਆ ਸੀ ਜਮਰੋਦ ਦਾ ਉਹ ਕਿਲਾ ਅੱਜ ਵੀ ਉਹ ਕਿਲਾ ਉੱਥੇ ਮੌਜੂਦ ਆ ਤੇ ਅੱਜ ਵੀ ਉਹ ਕਮਰਾ ਉੱਥੇ ਮੌਜੂਦ ਆ ਜਿੱਥੇ ਜ਼ਖਮੀ ਹਰੀ ਸਿੰਘ ਨਲਵਾ ਨੂੰ ਰੱਖਿਆ ਗਿਆ ਸੀ ਅੱਜ ਵੀ ਉਹ ਕਿਲੇ ਦੇ ਅੰਦਰ ਜਾਣ ਤੋਂ ਅਫਗਾਨ ਡਰਦੇ ਨੇ ਐਡਾ ਵੱਡਾ ਮਹਾਨ ਜਰਨੈਲ ਜਿਹਦੇ ਬਾਰੇ ਮੈਨੂੰ ਲੱਗਦਾ ਜਿੰਨਾ ਹੀ ਸਿੱਖ ਇਤਿਹਾਸਕਾਰਾਂ ਨੇ ਲਿਖਿਆ ਏ ਉਨਾ ਹੀ ਅੰਗਰੇਜ਼ਾਂ ਨੇ ਲਿਖਿਆ ਏ ਜਿਹਨੂੰ ਸਿਰਫ ਸਿੱਖ ਨਹੀਂ ਪਿਆਰ ਕਰਦੇ ਜਿਹਨੂੰ ਹਰ ਧਰਮ ਦੇ ਲੋਕ ਪਿਆਰ ਕਰਦੇ ਨੇ Hindu ਬਹੁਤ ਜ਼ਿਆਦਾ ਪਿਆਰ ਕਰਦੇ ਸੀ ਹਰੀ ਸਿੰਘ ਨਲਵੇ ਨੂੰ ਕਿਉਂਕਿ ਜਦੋਂ ਕਸ਼ਮੀਰ ਚ ਗਵਰਨਰ ਸੀ ਹਰੀ ਸਿੰਘ ਨਲਵਾ ਉਦੋਂ ਗਊ ਹੱਤਿਆ ਤੇ ਬੈਨ ਲਾਤਾ ਸੀ ਉਹਨਾਂ ਨੇ ਗਊਆਂ ਦਾਨ ਕਰਦੇ ਸੀ ਉਹ ਆਪ Hindu ਆਨੂੰ ਕਿਹਾ ਵੀ ਤੁਹਾਡੇ ਤੇ ਕੋਈ ਜ਼ੁਲਮ ਨਹੀਂ ਹੋਊਗਾ ਮੁਸਲਮਾਨਾਂ ਨੂੰ ਕਿਹਾ ਤੁਹਾਡੇ ਤੇ ਕੋਈ ਜ਼ੁਲਮ ਨਹੀਂ ਹੋਊਗਾ ਕਿ ਜਿਸ ਕਿਸੇ ਦਾ ਵੀ ਧਰਮ ਤੱਕੇ ਨਾਲ ਬਦਲਿਆ ਗਿਆ ਹੈ ਉਹ ਆਪਦੇ ਧਰਮ ਚ ਵਾਪਸ ਆ ਜਾਓ ਹਰੀ ਸਿੰਘ ਨਲਵਾ ਦੀ ਜੋ ਸਮਾਦ ਹੈ ਨਾ ਕਹਿੰਦੇ ਉਹਦੀ ਬਾਅਦ ਚੋਂ ਸੇਵਾ ਵੀ ਇੱਕ Hindu ਨੇ ਕਰਵਾਈ ਸੀ ਉਹਨੇ ਬਹੁਤ ਸੁੰਦਰ ਬਣਾ ਦਿੱਤਾ ਉਹਨੂੰ ਇੰਨਾ ਪਿਆਰ ਸੀ ਹਿੰਦੂਆਂ ਦਾ ਹਰੀ ਸਿੰਘ ਨਲਵਾ ਨਾਲ ਹਰ ਧਰਮ ਦੇ ਲੋਕਾਂ ਦਾ ਸਾਡਾ ਮਕਸਦ ਸਿਰਫ ਇਤਿਹਾਸ ਸੁਣਾਉਣਾ ਹੁੰਦਾ ਹੁਣ ਇਹਦੇ ਵਿੱਚ ਅੱਜ ਵਾਲੇ ਅਫਗਾਨ ਨੇ ਜਿਹੜੇ ਉਹ ਨਾਂ ਦਾ ਕਿਸੇ ਗੱਲ ਦਾ ਸਾਡਾ ਬੁਰਾ ਬਣਾਉਣ ਮੇਰੀ ਇਹ ਬੇਇਨਤੀ ਆ ਕਿ ਨਾ ਹੀ ਆਪਣੇ ਲੋਕ ਹੁਣ ਵਾਲੇ ਅਫਗਾਨਾਂ ਨੂੰ ਗਾਲਾਂ ਕੱਢੀ ਆਇਓ ਇਤਿਹਾਸ ਆ ਉਹ ਵੀ ਬੜੇ ਯੋਧੇ ਹੋਏ ਨੇ ਅਫਗਾਨ ਵਾਲੇ ਜਿਵੇਂ ਜਿਹੜਾ ਔਰੰਗਜ਼ੇਬ ਸੀ ਉਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਸ਼ਹੀਦ ਕਰਵਾਇਆ ਪਰ ਗੁਰੂ ਗੋਬਿੰਦ ਸਿੰਘ ਜੀ ਜ਼ਫਰਨਾਮੇ ਚ ਉਹਦੀ ਸਿਫਤ ਕਰਦੇ ਨੇ ਕਿ ਹਾਂ ਤੂੰ ਜ਼ਾਲਿਮ ਹੈਂ हां तू ਧੋਖੇਬਾਜ਼ ਹੈਂ ਹਾਂ ਤੂੰ ਆਪਣੀਆਂ ਸੋਹਾਂ ਖਾ ਕੇ ਮੁਕਰਿਆ ਪਰ ਤੂੰ ਇੱਕ ਮਹਾਨ ਯੋਧਾ ਹੈ ਹੈਗੇ ਤਾਂ ਅਫਗਾਨ ਵੀ ਯੋਧੇ ਸੀ ਨਾ ਹਰ ਇੱਕ ਦੀ ਸਟੋਰੀ ਚ ਕੋਈ ਨਾ ਕੋਈ ਵਿਲਨ ਹੁੰਦਾ ਹੈ ਇੱਥੇ ਆਪਣੀ ਸਟੋਰੀ ਚ ਉਹ ਅਫਗਾਨ ਵਿਲਨ ਨੇ ਹੋ ਸਕਦਾ ਅਫਗਾਨੀਆਂ ਦੀ ਸਟੋਰੀ ਚ ਹਰੀ ਸਿੰਘ ਨਲਵਾ ਵਿਲਨ ਹੋਵੇ ਅੱਜ ਦੇ ਟਾਈਮ ਚ ਹੇਟ ਫੈਲਾਉਣੀ ਸਾਡੀਆਂ ਕਿਸੇ ਵੀ ਸਟੋਰੀਜ਼ ਤੇ ਤਾਂ ਕਦੇ ਵੀ ਨਾ ਹੇਟ ਫੈਲਾਇਆ ਕਰੋ ਸਾਡਾ ਮਕਸਦ ਹੈ ਇਤਿਹਾਸ ਤੋਂ ਅੱਜ ਦੀ ਪੀੜ੍ਹੀ ਨੂੰ ਜਾਣੂ ਕਰਾਉਣਾ ਸਾਡਾ ਮਕਸਦ ਵੰਡੀਆਂ ਪਾਉਣਾ ਜਾਂ ਨਫ਼ਰਤ ਫੈਲਾਉਣਾ ਬਿਲਕੁਲ ਨਹੀਂ ਹੈ। ਹਰ ਧਰਮ ਤੇ ਹਰ ਵਰਗ ਦਾ ਅਸੀਂ ਆਦਰ ਮਾਨ ਕਰਦੇ ਹਾਂ। ਸਾਡੀ ਇੱਕ ਬੇਨਤੀ ਹੈ ਕਿ ਇਹ ਵੀਡੀਓਜ਼ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ, ਆਪਣੇ ਦੋਸਤਾਂ ਨੂੰ ਭੇਜਿਆ ਕਰੋ, ਆਪਣੇ ਪਰਿਵਾਰ ਨੂੰ ਦਿਖਾਇਆ ਕਰੋ ਤਾਂ ਜੋ ਸਭ ਨੂੰ ਆਪਣੇ ਅਮੀਰ ਇਤਿਹਾਸ ਦਾ ਪਤਾ ਲੱਗ ਸਕੇ। ਤੁਸੀਂ ਸਾਨੂੰ ਇਹ ਜ਼ਰੂਰ ਦੱਸ ਦਿਆ ਕਰੋ ਕਿ ਤੁਸੀਂ ਕਿਹੜੇ ਪਿੰਡ ਸ਼ਹਿਰ 'ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ ਤੇ ਅਗਲੀ ਵੀਡੀਓ ਆਪਾਂ ਕਿਹੜੇ ਟੌਪਿਕ ਤੇ ਬਣਾਈਏ ਤੁਸੀਂ ਇਹ ਵੀ ਦੱਸ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦਾ ਸਭ ਤੋਂ ਮਹਾਨ ਜਰਨਲ ਹਰੀ ਸਿੰਘ ਨਲਵਾ ਖਾਲਸਾ ਰਾਜ ਨੂੰ ਅਫਗਾਨਿਸਤਾਨ ਤੱਕ ਲੈ ਕੇ ਜਾਣ ਵਾਲਾ 15 ਸਾਲ ਦੀ ਉਮਰ 'ਚ ਜੀ ਨੇ ਹੱਥਾਂ ਨਾਲ ਹੀ ਸ਼ੇਰ ਦੇ ਜਵਾਲਿਆਂ ਨੂੰ ਫੜ ਕੇ ਪਾੜ ਦਿੱਤਾ ਸੀ ਅਫਗਾਨਿਸਤਾਨ 'ਚ ਇੱਕ ਇਲਾਕਾ ਹੈ ਤਰਾਖੈਬਰ ਦੁਨੀਆ ਜਿੱਤਣ ਵਾਲਾ ਸਿਕੰਦਰ ਵੀ ਜਦੋਂ ਉੱਥੇ ਆਇਆ ਸੀ ਉਹਨੂੰ ਵੀ ਗੋਡੇ ਟੇਕਨੇ ਪੈ ਗਏ ਸੀ ਅਮਰੀਕਾ ਨੂੰ ਪਤਾ ਹੀ ਨਹੀਂ ਕਿੰਨੇ ਸਾਲ ਹੋ ਗਏ ਉੱਥੇ ਟੱਕਰਾਂ ਮਾਰਦੇ ਨੇ ਪਰ ਉਹ ਇਲਾਕੇ ਦਾ 1 ਇੰਚ ਤੱਕ ਨਹੀਂ ਜਿੱਤ ਪਾਏ ਤਰਾ ਖੈਬਰ ਦੇ ਇਹ ਇਲਾਕੇ ਨੂੰ ਹੁਣ ਤੱਕ ਸਿਰਫ ਇੱਕੋ ਹੀ ਬੰਦੇ ਨੇ ਦਿੱਤੇ ਆਏ ਉਹ ਹੈ ਹਰੀ ਸਿੰਘ ਨਲਵਾ ਕਹਿੰਦੇ ਨੇ ਅਫਗਾਨਿਸਤਾਨ ਚ ਹੁਣ ਤੱਕ ਜੇ ਕੋਈ ਛੋਟਾ ਬੱਚਾ ਰੋਂਦਾ ਸੀ ਨਾ ਆਉਂਦੀ ਮਾਂ ਕਹਿੰਦੀ ਸੀ ਚੁੱਪ ਸਾਂ ਹਰੀਆ ਰਾਗ ਲੈ ਇਹ ਚੁੱਪ ਕਰ ਜਾ ਨਹੀਂ ਹਰੀ ਸਿੰਘ ਨਲਵਾ ਆ ਜੂਗਾ ਜਦੋਂ ਹਰੀ ਸਿੰਘ ਨਲਵਾ ਦੀ ਸ਼ਹਾਦਤ ਹੁੰਦੀ ਆ ਤਾਂ ਮਹਾਰਾਜਾ ਰਣਜੀਤ ਸਿੰਘ ਫੁੱਟ ਫੁੱਟ ਕੇ ਰੋਣ ਲੱਗ ਜਾਂਦੇ ਨੇ ਕਹਿੰਦੇ ਐਦੂੰ ਚੰਗਾ ਮੇਰਾ ਅੱਧਾ ਰਾਜ ਚਲੇ ਜਾਂਦਾ ਅੱਜ ਕਹਿੰਦੇ ਮੈਨੂੰ ਪਤਾ ਜੇ ਹਰੀ ਸਿੰਘ ਨਲਵਾ ਜਿਉਂਦਾ ਹੁੰਦਾ ਹੁੰਦਾ ਉਨੇ ਅੱਧਾ ਗਿਆ ਹੋਇਆ ਰਾਜ ਮੈਨੂੰ ਇੱਕ ਦਿਨ ਚ ਵਾਪਸ ਲੈ ਦੇਣਾ ਸੀ ਮਹਾਨ ਜਰਨੈਲ ਹੋਣ ਦੇ ਨਾਲ ਨਾਲ ਬਿਹਤ ਸੂਝਬਾਨ ਤੇ ਗੁਰੂ ਦੇ ਪੱਕੇ ਸਿੱਖ ਚਿਮਲੇ ਜਦੋਂ ਇੱਕ ਅੰਗਰੇਜ਼ ਅਫਸਰ ਵਿਲੀਅਮ ਬੈਂਟੇਕ ਨਾਲ ਮੀਟਿੰਗ ਕਰਨ ਜਾਣਾ ਸੀ ਤਾਂ ਮਹਾਰਾਜਾ ਰਣਜੀਤ